ਵੱਡਾ ਸਾਹਿਬ ਵੱਡੇ ਨਾਹੇ ਕੀਤਾ ਜਾਤਾ ਹੋਵੇ ਨਾ
ਸਟਾਲ ਕਵਰ ਕਰ ਦਿਓ ਲੰਗਰ ਦੀ ਫਿਰ ਅੰਦਰ ਚਲੇ ਜਾਓ ਆਏ ਕਾਂਤੇ ਸਗਲ ਜਨਵਾਤੇ ਮਨ ਜਿਤ ਜਾਗਤੀਤ ਆਨੰਦ ਸਿਆ
आप गवाये ताशो गवाये और कैसे
Thank you.
Thank you.
मन वसै से प्राप्त लाल जो गुरशादी रसै ਕੀਤਾ ਸੀ ਸਹਿਯੋਗ ਦਿੱਤਾ ਸੀ ਆਸ਼ੀਰਵਾਦ ਦਿੱਤਾ ਸੀ ਸਾਧ ਸੰਗਤ ਦੀ ਜਿਸ ਦਿਨ
इस गुरु घर का लैंडर पिया उस दिन बाबा जगतार सिंह जी परम सत्कारयोग साढ़े बाबा जगतार सिंह जी बाबा सुरजीत सिंह जी होना ने संगत को किरदार दिता से सहयोग दिता से संगतान आशीर्वाद दिता से सात संगत जी जिस दिन ये मुकम्मल होया है सात संगत जी जिस दिन मुकम्मल होया है उस दिन परम सत्कारयोग बाबा अमरीक सिंह जी ने आशीर्वाद मिलया संगतान को सहयोग मिलया असि धन्यवादी हाँ जी करत समस्पूर्ति संगत करतदार रहेगी ता उम्र संतां कार सेवा वाले महापुरुषों का नानक सर वाले महापुरुषों का सारे ही संतां महापुरुषों का करतदार रहेगी जिन्होंने सानू आशीर्वाद दिता सहयोग दिता सानू मार्गदर्शन दिता सारे ही महापुरुषों का मैं अपने वालों जीवा बहुत छोटी है कुछ कर नहीं सकता सारे ही संतां महापुरुषों का दूरों नेड़ियों आई चल के आई परम सत्कार गुरु संतां नूं मैं दास अपने वालों गुरुद्वारा साहब की प्रबंधक कमेटी वालों शमसपुरती समूह संगत वालों जी आया कहता हाँ धन्यवाद करता हाँ नतमस्तक होता हाँ वाहेगुरु जी का खालसा वाहेगुरु जी की फतेह। सब तो पहला दास बेनती करेगा भाई साहब भाई अमरीक सिंह जी करो कृपा कार सेवा वाले महापुरुष करम सत्कारयोग बाबा जगतार सिंह जी सरूपा देने की कृपालता करो तो नाम सिमरन के जाप करवाएंगे बोले सो निहाल ठीक है बेटा प्रकाश किया संत ने बहुत सचे ढंग गुरुद्वारे की इमारत की सेवा की जिन्हें जिन्हें इस गुरुद्वारे सेवा की जिया भी भला जिन्हें जिन्हें ने माया लाई उन्होंने माया सफली हुई सो सब इस दिहाड़े की वधाई दिता है जिन्होंने गुरुद्वारे योगदान पा के अपनी किरत कमाई सफली की दूर चार पिंड वास्ते सिमरन कर लीए गुरुद्वारे की प्रकाश जो होया है उसकी वडियाई उसकी खुशी वेख दास एक पासे बोलेगा दूसरे पासे सब संत ने बड़े प्रेम के नाल सिमरन करना है सतनाम वाहे गुरु सतनाम वाहे गुरु सतनाम वाहे गुरु सतनाम वाहे गुरु सतनाम वाहे गुरु
पिंड का नाम उन्होंने उन्होंने अपना नाम रजिस्टर चाढ़ लेना असं अच्छे पिंड आया दस की बेनती है कि साडा ही नाम किसी जगह लिख लियो साड़ी भी आज लग जाए सत महापुरुषा ने नवाजा है दास धन्यवाद करता है हमेशा
ਕਰ ਕਿਰਦਾਰ ਰਹੇਗਾ ਸੰਤਾਂ ਮਹਾਂਪੁਰਸ਼ਾਂ ਦਾ। ਸਾਧ ਸੰਗਤ ਜੀ, ਸਾਧ ਸੰਗਤ ਜੀ, ਸਾਡੀ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ, ਪਾਰਲੀਮੈਂਟ ਹੀ ਕਹਾਂਗਾ ਮਿੰਨੀ ਨਹੀਂ, ਸਿੱਖ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਜਿੱਥੋਂ ਸਾਨੂੰ ਸਹਿਯੋਗ ਮਿਲਦਾ ਹੈ, ਮਾਰਗਦਰਸ਼ਨ ਮਿਲਦਾ ਹੈ, ਜਿੱਥੇ ਵੀ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਪੰਥ ਆਪਣੇ ਪ੍ਰਚਾਰ ਦੀ, ਜਿੱਥੇ ਵੀ ਸਾਨੂੰ ਕੋਈ ਧਰਮ ਸੰਕਟ ਲੱਗਦਾ ਹੈ, ਸੇਵਾਵਾਂ ਕਰਦੇ ਹਾਂ, ਉੱਥੇ ਸਾਨੂੰ ਸਹਿਯੋਗ ਮਿਲਦਾ ਹੈ, ਮਾਰਗਦਰਸ਼ਨ ਮਿਲਦਾ ਹੈ। ਉਸ ਦੇ ਮੈਂਬਰ ਸਾਹਿਬਾਨ ਸਰਦਾਰ ਹਰਭਜਨ ਸਿੰਘ ਜੀ ਮਸਾਣਾ ਸਾਹਿਬ, ਉਸ ਤੋਂ ਬਾਅਦ ਸਰਦਾਰ ਤੇਜਿੰਦਰਪਾਲ ਸਿੰਘ ਜੀ ਢਿੱਲੋਂ ਲਾਡਵਾ, ਮੈਂਬਰ ਸਾਹਿਬਾਨ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਸਤਿਕਾਰਯੋਗ ਪਰਮਜੀਤ ਸਿੰਘ ਜੀ, ਮੀਤ ਸਕੱਤਰ ਸਭ ਆਫਿਸ ਕੁਰੂਕਸ਼ੇਤਰ, ਸਤਿਕਾਰਯੋਗ ਸਰਦਾਰ ਅਮਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਗੁਰਦੁਆਰਾ ਪਾਤਸ਼ਾਹੀ ਛੇਵੀਂ, ਸਰਦਾਰ ਗੁਰਬੇਜ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਹਰਿਆਣਾ, ਭਾਈ ਸਾਹਿਬ ਭਾਈ ਸਰਦਾਰ ਜੱਜ ਸਿੰਘ ਅਕਾਊਂਟੈਂਟ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ, ਸਰਦਾਰ ਮੇਜਰ ਸਿੰਘ ਜੀ ਜੋ ਕਲਰਕ ਨੇ ਜੋ ਚੁਣਾ ਦੇਖਦੇ ਨੇ ਸਾਹਿਬ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਸਾਡੇ ਅਤੀ ਸਤਿਕਾਰਯੋਗ ਪਰਮ ਸਤਿਕਾਰਯੋਗ ਗਿਆਨੀ ਸੁੱਚਾ ਸਿੰਘ ਜੀ ਜੋ ਮੀਰੀ ਪੀਰ ਦੇ ਮਾਲਕ ਸਹਿਬ ਸਿਰਪੁਰ, ਮੀਰੀ ਪੀਰ ਦੇ ਮਾਲਕ ਛੇਵੀਂ ਪਾਤਸ਼ਾਹੀ ਦੇ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਨੇ ਪਾਤਸ਼ਾਹੀ ਛੇਵੀਂ ਤੋਂ। ਇਹਨਾਂ ਸਾਰਿਆਂ ਦਾ ਅਰਦਾਸ ਆਪਣੇ ਵੱਲੋਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਨਗਰ ਦੀ ਸੰਗਤ ਵੱਲੋਂ ਜੀ ਆਇਆਂ ਕਹਿੰਦਾ ਹੈ, ਧੰਨਵਾਦ ਕਰਦਾ ਹੈ। ਸਭ ਦੇ ਸਾਂਝੀ ਵਾਲ ਸਦਾਇਨ ਨਾ ਤੂੰ ਜਿਉ ਦਿਸੇ ਨਾ ਕੋਈ ਬਾਹਰਾ ਜਿਉ, ਹਿੰਦੂ ਤੁਰਕ ਕੋ ਆਪ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਏਕ ਪਹਿਚਾਨ ਹੋ। ਸਾਧ ਸੰਗਤ ਜੀ ਸਾਹਿਬਾਂ ਦੀ ਹਜ਼ੂਰੀ ਵਿੱਚ ਇਸਲਾਮ ਨਗਰ ਤੋਂ ਮੁਸਲਮਾਨ ਵੀਰ ਵੀ ਆਏ ਨੇ, ਸਾਡੇ ਨਗਰ ਦੇ ਸ਼ਿਵ ਮੰਦਿਰ ਦੇ ਪੁਜਾਰੀ ਜੀ ਜੋ ਨਗਰ ਖੇੜੇ ਨੇ, ਦਾਦਾ ਖੇੜਾ ਦੇ ਉਹਦੇ ਪੁਜਾਰੀ ਨੇ, ਜੋ ਸ਼ਿਵ ਮੰਦਿਰ ਦੇ ਜੋ ਪ੍ਰਬੰਧ ਦੇਖਦੇ ਨੇ, ਉਹ ਵੀ ਸਾਡੇ ਵਿੱਚ ਪਹੁੰਚੇ ਨੇ। ਸਾਰਿਆਂ ਨੂੰ ਅਰਦਾਸ ਆਪਣੇ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਹੈ, ਧੰਨਵਾਦ ਕਰਦਾ ਹੈ। ਸਾਧ ਸੰਗਤ ਜੀ, ਜਦੋਂ ਅੱਜ ਸਾਰੀ ਦੁਨੀਆ ਇੱਕ ਪਿੰਡ ਬਣ ਗਈ ਹੈ ਜਿਹਨੂੰ ਗਲੋਬਲ ਵਿਲੇਜ ਕਹਿੰਦੇ ਹਾਂ, ਇੰਟਾਇਰ ਯੂਨੀਵਰਸ ਵੈਲਪ ਫਰੋਮ ਦਾ ਵਨ ਲਾਈਟ, ਸਾਰਾ ਸੰਸਾਰ ਹੀ ਇੱਕ ਲਾਈਟ ਤੋਂ ਸ਼ਵਾਇਮਾਨ ਹੈ, ਦਿੱਤੀਮਾਨ ਹੈ। ਜਦੋਂ ਸਾਰਾ ਸੰਸਾਰ ਇੱਕ ਪਿੰਡ ਬਣ ਕੇ ਰਹਿ ਗਿਆ ਹੈ, ਬਹੁਤ ਛੋਟੀ ਦੁਨੀਆ ਇੱਕ ਮੋਬਾਈਲ ਦੇ ਵਿੱਚ, ਦੁਨੀਆ ਦੇ ਜਿੰਨੇ ਵੀ ਧਰਮ ਗ੍ਰੰਥ ਨੇ ਜਿੰਨਾ ਵੀ ਸਭ ਕੁਛ ਉਹਦੇ ਵਿੱਚੋਂ ਵੇਖ ਸਕਦੇ ਹੋ, ਜਦੋਂ ਦੁਨੀਆ ਇੰਨੀ ਛੋਟੀ ਬਣ ਗਈ ਹੈ, ਇਸ ਕਰਕੇ ਉਸ ਛੋਟੀ ਦੁਨੀਆ ਦੇ ਉੱਤੇ ਮੈਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਚੌਧਰੀ ਕਰਦਾ ਹਾਂ, ਅਰਦਾਸ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਸਮਰੱਥਾ ਇਹੋ ਜਿਹਾ ਸੰਸਾਰ ਬਣੇ, ਉਹਦੀ ਮਾਨਤਾ ਬਣੇ, ਜਦੋਂ ਅਸੀਂ ਗੁਰਪੁਰਬ ਸਾਰੇ ਹੀ ਰਲ ਮਿਲ ਕੇ ਮਨਾਈਏ, ਲੰਗਰ ਇਕੱਠੇ ਪਕਾਈਏ, ਇਕੱਠੇ ਛਕੀਏ ਛਕਾਈਏ, ਇਸੇ ਤਰ੍ਹਾਂ ਹੀ ਹੋਲੀ ਦੀਵਾਲੀ ਦੁਸਹਿਰੇ ਤੇ ਅਸੀਂ ਲੱਡੂ ਇੱਕ ਦੂਜੇ ਨੂੰ ਵਰਤਾਈਏ, ਇੱਕ ਦੂਜੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੀਏ, ਤੇ ਇਸ ਤਰ੍ਹਾਂ ਹੀ ਈਦ ਤੇ ਅਸੀਂ ਇੱਕ ਦੂਜੇ ਦੇ ਗਲੇ ਮਿਲੀਏ, ਸੇਵਈਆਂ ਇਕੱਠੀਆਂ ਖਾਈਏ। ਲਾਸਟ ਬਟ ਨੋਟ ਲੀਸਟ, ਸਾਧ ਸੰਗਤ ਜੀ, ਕ੍ਰਿਸਮਸ ਤੇ ਵੀ ਅਸੀਂ ਸਾਰੇ ਰਲ ਕੇ ਇਸੇ ਤਰ੍ਹਾਂ ਕੇਕ ਕੱਟੀਏ। ਅੱਜ ਇਹੋ ਜਿਹਾ ਸਾਨੂੰ ਸੰਸਾਰ ਚਾਹੀਦਾ ਹੈ। ਸਾਧ ਸੰਗਤ ਜੀ, ਕੋਠੀਆਂ ਆ ਗਈਆਂ, ਕਾਰਾਂ ਆ ਗਈਆਂ, ਮਹੱਲ ਪੈ ਗਏ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਸਿਰਫ ਕਮੀ ਰਹਿ ਗਈ ਤੇ ਸ਼ਾਂਤੀ ਦੀ ਰਹਿ ਗਈ। ਉਹ ਸ਼ਾਂਤੀ ਤਾਂ ਹੀ ਮਿਲੇਗੀ ਜਦੋਂ ਅਸੀਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਰਵਾਂਗੇ। ਇਹੋ ਜਿਹੀ ਦਾਸ ਸਾਹਿਬਾਂ ਦੀ ਹਜ਼ੂਰੀ ਵਿੱਚ ਆਪਣੇ ਵੱਲੋਂ ਸਮੂਹ ਸੰਗਤ ਵੱਲੋਂ ਅਰਦਾਸ ਕਰਦਾ ਹੈ ਕਿ ਸਾਰੀ ਮਾਨਵਤਾ ਇਸੇ ਤਰ੍ਹਾਂ ਰੰਗੀ ਵਸੇ। ਅੱਜ ਸਾਧ ਸੰਗਤ ਜੀ, ਮਾਇਆ ਪੱਖੋਂ ਕਿਸੇ ਸੰਸਾਰ ਦੇ ਵਿੱਚ ਕਮੀ ਨਹੀਂ ਹੈ, ਕਮੀ ਨਹੀਂ ਹੈ ਤੇ ਸਿਰਫ ਕਮੀ ਹੈ ਤੇ ਸ਼ਾਂਤੀ ਵੀ ਹੈ। ਇਸੇ ਵਾਸਤੇ ਸਾਧ ਸੰਗਤ ਜੀ, ਪਰਮਾਤਮਾ ਨੂੰ ਕੋਈ ਥਾਂ ਨਹੀਂ ਚਾਹੀਦਾ, ਜਰਰੇ ਜਰਰੇ ਚ ਵਿਦਮਾਨ ਹੈ, ਹਰ ਥਾਂ ਤੇ ਵਸਦਾ ਹੈ, ਪਰ ਫਿਰ ਵੀ ਅਸੀਂ ਉਹਦੇ ਨਾਂ ਤੇ ਜਿਹੜੀ ਥਾਂ ਬਣ ਜਾਂਦੇ ਨੇ, ਮੰਦਿਰ ਹੋਵੇ, ਗੁਰਦੁਆਰਾ ਹੋਵੇ, ਚਰਚ ਹੋਵੇ, ਉੱਥੇ ਸਾਧ ਸੰਗਤ ਜੀ ਸਾਨੂੰ ਸਰੀਰਕ ਮਾਨਸਿਕ ਅਧਿਆਤਮਿਕ ਸ਼ਾਂਤੀ ਮਿਲਦੀ ਹੈ ਤੇ ਸਾਡੇ ਦੁੱਖ ਸੁੱਖ ਜਿਹੜੇ ਨੇ ਸਾਂਝੇ ਨਜਿੱਠੇ ਜਾਂਦੇ ਨੇ। ਹੁਣ ਦਾਸ ਬੇਨਤੀ ਕਰੇਗਾ, ਜਿਹੜੀ ਸਾਡੇ ਵੀਰ ਐਸ ਜੀ ਪੀ ਸੀ ਤੋਂ ਆਏ ਨੇ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ, ਗਿਆਨੀ ਸੁੱਚਾ ਸਿੰਘ ਜੀ, ਗਿਆਨੀ ਸੁੱਚਾ ਸਿੰਘ ਜੀ ਜਿਹੜੇ ਆਏ ਨੇ ਆਪਣੇ ਛੇ ਪਾਤਸ਼ਾਹੀ ਤੋਂ ਹੈੱਡ ਕਰਤੀ ਸਾਹਿਬ ਨੇ, ਉਹ ਸਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਸਾਹਿਬਾਂ ਦੀ ਉਸਤਤ ਕਰਨਗੇ। ਭਾਈ ਸਾਹਿਬ
ਭਾਈ ਸਰਮਾ ਕਹਿੰਦੇ ਸੁੱਚਾ ਸਿੰਘ ਜੀ ਕਰੋ ਕਿਰਪਾ। ਜਿਤ ਸੱਚ ਤਿਹਾਈਐ ਸੋਰਿਦਾ ਸੁਹਿਲਾ, ਜਿਤ ਹਰ ਗੁਣ ਗਾਈਐ ਸਾ ਤਰਦ ਸੁਹਾਵੀ, ਜਿਤ ਵਸੈ ਹਰ ਜਨ ਸੱਚੇ ਨਾਮ ਮਿਲੋ ਕੁਰਬਾਨ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਲ ਸ਼ਤਰ ਤਖਤ ਦੇ ਮਾਲਕ, ਸਰਬ ਸੁੱਖਾਂ ਦੇ ਦਾਤੇ, ਜਹਰਾ ਕਪੂਰ ਹਾਜ਼ਰਾ ਰਜੂਰ, ਸਰਬ ਕਲਾ ਕਪੂਰ ਦਸਾਂ ਪਾਤਸ਼ਾਹਾਂ ਦੀ ਜਾਗੀ ਜੋਤ, ਜੁਗੋ ਜੁਗ ਵੱਡਾ ਤੋ ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਵਡਭਾਗੇ ਵਜੋਂ ਅੱਜ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਵਨ ਮਹਾਂਵਾਕਾਂ ਅਨੁਸਾਰ ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਭਾਵਾ ਰਾਮ ਮਹਾਰਾਜ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਨੇ ਕਰਨਗੇ, ਜਿੱਥੇ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਹੁੰਦੇ ਨੇ ਉਹ ਧਰਤੀ ਭਾਗਾਂ ਵਾਲੀ ਹੋ ਗਈ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਓ, ਕੁਝ ਕੁ ਸਮਾਂ ਜੋ ਸੀਮਤ ਹੈ ਉਸ ਸਮੇਂ ਦੇ ਦਰਮਿਆਨ ਆਪਾਂ ਗੁਰਦੁਆਰਾ ਸਾਹਿਬ ਕੀਰਤਨ ਇਸ ਵਿਸ਼ੇ 'ਤੇ 5-7 ਮਿੰਟ ਦੇ ਵਿਚਾਰ ਸਾਂਝੇ ਕਰਨੇ ਹੀ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ 'ਚ ਜਾਗ੍ਰਿਤ ਕਰੋ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਵਚਨ ਹਰੇਕ ਗੁਰਸਿੱਖ ਨਿਤਾ ਪ੍ਰਤੀ ਰੋਜ਼ਾਨਾ ਆਪਣੀ ਰਸਨਾ ਤੋਂ ਜਪਦਾ। ਜਿਸ ਵਕਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੇ ਪਾਵਨ ਸਰੂਪ ਸਾਹਿਬਾਨ ਰਾਤ ਦੇ ਸਮੇਂ ਸਪਸ਼ਟ ਕੀਤੇ ਜਾਂਦੇ ਨੇ ਔਰ ਸਚਖੰਡ ਸਾਹਿਬ ਵਿਖੇ ਸੇਵਾ ਸੰਭਾਲ ਕੀਤੀ ਜਾਂਦੀ ਹੈ ਤੇ ਬੜੇ ਪਿਆਰ ਦੇ ਸਹਿਤ ਹਰੇਕ ਮਾਈ ਭਾਈ ਆਪਣੀ ਰਸਨਾ ਤੋਂ ਸਤਿਗੁਰੂ ਸਾਹਿਬ ਦੀ ਬਾਣੀ ਦਾ ਇਹ ਸ਼ਬਦ ਗਾਨ ਕਰਦਾ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਭਾਵਾ ਰਾਮ ਰਾਜ। ਗੁਰਸਿੱਖੀ ਸੋ ਤੁਹਾਨੂੰ ਪਾਉਂਦੇ ਆ ਮੈਂ ਤੁਹਾਨੂੰ ਪਤਾ ਗੁਰਸਿੱਖਾਂ ਕੀ ਭਗਤ ਥਾਏ ਪਈ ਜਿਨ੍ਹਾਂ ਨਾਮ ਦਿਆ। ਸਤਿਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ ਉਹ ਜਗ੍ਹਾ ਭਾਗਾਂ ਵਾਲੀ ਹੈ ਜਿੱਥੇ ਗੁਰਦੇਵ ਪਾਤਸ਼ਾਹ ਦੇ ਚਰਨ ਕਰਦੇ ਤੇ ਜਿਹੜੇ ਗੁਰੂ ਦੇ ਸਿੱਖ ਨੇ ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦਾ ਨੇਹ, ਜਿਨ੍ਹਾਂ ਦਾ ਸਤਿਕਾਰ, ਜਿਨ੍ਹਾਂ ਦਾ ਅਕੀਦਾ ਭਰੋਸਾ ਫੇਰ ਗੁਰੂ ਦੇ ਉਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਾ ਕੇ ਚੁੱਕਦੇ ਨੇ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਤੋਂ ਭਾਵ ਕੀ ਹੈ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ ਗੁਰਮਤਿ ਮਾਰਕੀਟ ਦੇ ਅੰਦਰ ਜਿਸ ਵਕਤ ਗੁਰਦੁਆਰਾ ਸਾਹਿਬ ਦੀ ਵਿਆਖਿਆ ਲਿਖਦੇ ਨੇ ਤੇ ਉੱਥੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਨੇ ਬੜੀ ਕਮਾਲ ਕੀਤੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਕੋਈ ਵੀ ਜਿਹੜੀ ਬਿਲਡਿੰਗ ਹੈ ਨਾ, ਕੋਈ ਵੀ ਇਮਾਰਤ ਉਹ ਗੁਰਦੁਆਰਾ ਸਾਹਿਬ ਜੀ ਨੂੰ ਸਕਦੀ ਬਚਨ ਉਹਨਾਂ ਦੇ ਜੁੜੀ ਗਏ ਨੇ ਧਿਆਨ ਨਾਲ। ਉਹ ਕਹਿੰਦੇ ਨੇ ਕੋਈ ਵੀ ਬਿਲਡਿੰਗ, ਕੋਈ ਵੀ ਇਮਾਰਤ ਭਾਵੇਂ ਜਿੰਨੀ ਮਰਜ਼ੀ ਸੋਹਣੀ ਹੋਵੇ ਉਹ ਗੁਰਦੁਆਰਾ ਸਾਹਿਬ ਨਹੀਂ ਹੋ ਸਕਦੀ। ਤੇ ਨਾਲ ਹੀ ਲਿਖਦੇ ਨੇ ਕਹਿਣ ਲੱਗੇ ਹਰੇਕ ਬਿਲਡਿੰਗ, ਹਰੇਕ ਇਮਾਰਤ ਗੁਰਦੁਆਰਾ ਸਾਹਿਬ ਹੋ ਸਕਦੀ ਹੈ। ਦੋਵੇਂ ਗੱਲਾਂ ਉਹਨਾਂ ਕੀਤੀਆਂ, ਨਹੀਂ ਵੀ ਹੋ ਸਕਦੀ ਤੇ ਹੋ ਵੀ ਸਕਦੀ ਹੈ।
ਹੁਣ ਗੁਰੂ ਕੀ ਪਿਆਰੀ ਸਾਹਿਬ ਸੰਗਤ ਦੇ ਮਨ ਦੇ ਵਿੱਚ ਇੱਕ ਸਵਾਲ ਆਵੇਗਾ ਵੀ ਗੁਰਦੁਆਰਾ ਸਾਹਿਬ ਕਿਵੇਂ ਨਹੀਂ ਹੋ ਸਕਦੀ ਤੇ ਕਿਵੇਂ ਹੋ ਸਕਦੀ। ਤੇ ਗੁਰੂ ਕੀ ਪਿਆਰੀ ਸਾਹਿਬ ਸੰਗਤ ਜੀ ਭਾਈ ਕਾਨ ਸਿੰਘ ਜੀ ਡਾਲਾ ਲਿਖਦੇ ਨੇ, ਕਹਿਣ ਲੱਗੇ ਗੁਰਦੁਆਰਾ ਸਾਹਿਬ ਦੇ ਸਾਨੂੰ ਗੁਰੂ ਸਾਹਿਬ ਸੱਜੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਸਭ ਨਾਲੋਂ ਪਹਿਲਾਂ ਨਿਸ਼ਾਨ ਸਾਹਿਬ ਅਸੀਂ ਸਤਿਕਾਰ ਵਜੋਂ ਕਹਿੰਦੇ ਹਾਂ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸਭ ਨਾਲੋਂ ਪਹਿਲਾਂ ਜਿਸ ਵਕਤ ਅਸੀਂ ਗੁਰੂ ਸਾਹਿਬ ਦੇ ਘਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਹਾਂ ਤੇ ਉਦੋਂ ਸਭ ਨਾਲੋਂ ਪਹਿਲਾਂ ਅਸੀਂ ਸਾਧੂ ਗੁਰੂ ਆਪਣੇ ਘਰਾਂ ਤੋਂ ਤੁਰਦੇ ਹਾਂ ਤੇ ਨਿਸ਼ਾਨ ਸਾਹਿਬ ਸਾਡੇ ਮੱਥੇ ਲੱਗਦਾ ਜਦੋਂ ਆਪਣੇ ਘਰ ਦੇ ਵਿੱਚੋਂ ਨਿਕਲੇ ਤੇ ਸਾਨੂੰ ਨਿਸ਼ਾਨ ਸਾਹਿਬ ਮਿਲਦਾ। ਨਿਸ਼ਾਨ ਸਾਹਿਬ ਦਾ ਭਾਵ ਕੀ ਹੈ? ਅਸੀਂ ਬਚਨ ਪੜ੍ਹਦੇ ਧੂਰ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਵੀ ਪੰਥ ਦੇ ਜਿਹੜੇ ਨਿਸ਼ਾਨ ਨੇ ਝੂਲਦੇ ਰਹਿਣ। ਨਿਸ਼ਾਨ ਸਾਹਿਬ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਪ੍ਰਤੀਕ ਹੈ ਖਾਲਸਾ ਰਾਜ ਦਾ। ਨਿਸ਼ਾਨ ਸਾਹਿਬ ਖਾਲਸਾ ਰਾਜ ਦਾ ਪ੍ਰਤੀਕ ਹੈ। ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੈ ਉੱਥੇ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਉਹ ਇਹ ਪ੍ਰਤੱਖ ਹੁੰਦਾ ਹੈ ਕਿ ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਦਾਰੇ, ਇੱਥੇ ਖਾਲਸੇ ਦਾ ਰਾਜ ਹੈ। ਕਿਉਂਕਿ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਕੇਵਲ ਨਿਸ਼ਾਨ ਸਾਹਿਬ ਨਹੀਂ, ਹਰੇਕ ਮੁਲਕ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹਰੇਕ ਮੁਲਕ ਦਾ ਆਪਣਾ ਆਪਣਾ ਫਲੈਗ ਹੈ, ਝੰਡਾ ਹੈ। ਤੇ ਜਿਸ ਵਕਤ ਅਸੀਂ ਕਿਸੇ ਮੁਲਕ ਦੇ ਵਿੱਚ ਜਾਂਦੇ ਹਾਂ ਤੇ ਉਸ ਮੁਲਕ ਦੇ ਝੰਡੇ ਤੋਂ ਸਾਨੂੰ ਪ੍ਰਤੀਤ ਹੁੰਦਾ ਹੈ ਵੀ ਇਹ ਫਲਾਣਾ ਦੇਸ਼ ਹੈ। ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵੀ ਖਾਲਸਾ ਪੰਥ ਦੀ ਪਹਿਚਾਣ ਹੈ। ਇਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਸ ਰਾਜ ਦਾ ਪ੍ਰਤੀਕ ਹੈ ਜੋ ਸਾਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਖਾਲਸਾ ਕਾਲ ਪੁਰਖ ਕੀ ਫੌਜ ਕਰਕੇ ਖਾਲਸਾ ਪਰਮਾਤਮਾ ਕੀ ਫੌਜ, ਖਾਲਸਾ ਖੁਦ ਖੁਦਾ, ਇਹ ਉਸ ਚੀਜ਼ ਦਾ ਪ੍ਰਤੀਕ ਹੈ। ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਅਸੀਂ ਬਖਸ਼ਿਸ਼ ਹੈ। ਨਿਸ਼ਾਨ ਸਾਹਿਬ ਖਾਲਸੇ ਦਾ ਪ੍ਰਤੀਕ ਹਰੇਕ ਜਗ੍ਹਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਚੱਲਦਾ ਹੈ। ਸੋ ਜਿਸ ਵਕਤ ਅਸੀਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਹ ਪ੍ਰਤੀਕ ਹੈ ਵੀ ਇੱਥੇ ਸਿੱਖ ਰਾਜ ਹੈ, ਇੱਥੇ ਸਿੱਖ ਵੱਸਦੇ ਨੇ। ਜਿਸ ਪਿੰਡ ਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਵਿਖੇਗਾ ਤੇ ਇਹ ਸਮਝ ਆ ਜਾਵੇਗੀ ਵੀ ਇਸ ਪਿੰਡ ਦੇ ਵਿੱਚ ਸਿੱਖਾਂ ਦਾ ਕੋਈ ਘਰ ਨਹੀਂ ਹੁੰਦਾ। ਭਾਵੇਂ ਸਿੱਖ ਦੋ ਘਰ ਵੱਸਦੇ ਹੋਣ, ਭਾਵੇਂ ਨਿਸ਼ਾਨ ਸਾਹਿਬ ਦੀ ਲੰਬਾਈ ਭਾਵੇਂ ਥੋੜ੍ਹੀ ਘਟਾ ਲੈਣ ਪਰ ਨਿਸ਼ਾਨ ਸਾਹਿਬ ਜ਼ਰੂਰ ਹੋਵੇਗਾ। ਸੋ ਦੂਸਰਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼। ਜਿਸ ਵਕਤ ਅਸੀਂ ਗੁਰੂ ਘਰ ਦੇ ਅੰਦਰ ਆਉਂਦੇ ਹਾਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ। ਜੇਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਤਾਂ ਭਾਵੇਂ ਇਮਾਰਤ ਜਿੰਨੀ ਮਰਜ਼ੀ ਸੋਹਣੀ ਹੈ ਅਸੀਂ ਉਹਨੂੰ ਗੁਰਦੁਆਰਾ ਸਾਹਿਬ ਨਹੀਂ ਕਹਿ ਸਕਦੇ। ਬੈਰੂਨੀ ਤੌਰ 'ਤੇ ਨਿਸ਼ਾਨ ਸਾਹਿਬ ਔਰ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ, ਔਰ ਜੇਕਰ ਬਿਲਡਿੰਗ ਕਿੰਨੀ ਮਰਜ਼ੀ ਸੋਹਣੀ ਹੋਵੇ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਗੁਰਦੁਆਰਾ ਸਾਹਿਬ ਨਹੀਂ। ਤੇ ਗੁਰੂ ਕੀ ਪਿਆਰੀ ਸਾਧ ਸੰਗਤ ਦੂਸਰੇ ਪੱਖ ਤੋਂ ਪੁਰਾਣੇ ਸਮਿਆਂ ਦੇ ਵਿੱਚ ਅੱਜ ਗੁਰੂ ਸਾਹਿਬ ਦੀ ਬੜੀ ਮਿਹਰ ਹੈ, ਸਿੱਖ ਪੰਥ ਤੇ ਸਿੱਖ ਕੌਮ ਨੇ ਬੜੇ ਹੀ ਸੋਹਣੇ ਗੁਰੂ ਘਰ ਬਣਾਏ ਨੇ। ਜਿਵੇਂ ਅੱਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਿੰਡ ਸ਼ਮਸਪੁਰ ਦੀ ਸਮੁੱਚੀ ਸੰਗਤ ਤੇ ਸਮੁੱਚੇ ਨਗਰ ਨਿਵਾਸੀਆਂ ਨੇ ਰਲ ਮਿਲ ਕਰਕੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਦਾਤਾਂ ਨੇ, ਉਹਨਾਂ ਦਾਤਾਂ ਦੇ ਵਿੱਚੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਾਤਾਂ ਸ਼ੁਕਰਾਨਾ ਕੀਤਾ ਅਤੇ ਸਤਿਗੁਰੂ ਸਾਹਿਬ ਦੇ ਦਰ ਘਰ ਦੀ ਸੇਵਾ ਵਾਸਤੇ ਦਸਵੰਧ ਰੂਪ ਦੇ ਵਿੱਚ ਚੋਣਾਂ ਕਰਕੇ ਕੋਲੋਂ ਅਰਪਣ ਕੀਤਾ, ਭੇਟਾ ਕੀਤਾ। ਤੇ ਗੁਰੂ ਕੀ ਪਿਆਰੀ ਸਾਹਿਬ ਸ੍ਰੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ, ਸੋਹਣਾ ਗੁਰਦੁਆਰਾ ਸਾਹਿਬ ਉਸਾਰੀ ਹੋਈ ਹੈ। ਤੇ ਗੁਰੂ ਕੀ ਪਿਆਰੀ ਸਾਹਿਬ ਸੰਗਤ ਜਿਸ ਇਮਾਰਤ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਸਾਹਿਬ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਅਸੀਂ ਆਮ ਕਹਿੰਦੇ ਹਾਂ ਵੀ ਗੁਰੂ ਘਰ ਕਿਸ ਪ੍ਰਕਾਰ ਬਣੇ ਹੁੰਦੇ ਸਨ, ਇੱਕ ਕਮਰਾ ਉਹਦੇ ਵਿੱਚ ਹੀ ਪ੍ਰਕਾਸ਼ ਆਉਣ ਬਾਅਦ ਨਿਸ਼ਾਨ ਸਾਹਿਬ। ਸੋ ਇਹ ਦੋ ਨਿਸ਼ਾਨੀਆਂ ਨੇ ਗੁਰੂ ਕੀ ਪਿਆਰੀ ਸਾਹਿਬ ਸੰਗਤ ਗੁਰੂ ਘਰ ਦੀਆਂ, ਬਾਹਰ ਨਿਸ਼ਾਨ ਸਾਹਿਬ ਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਤੇ ਗੁਰੂ ਕੀ ਪਿਆਰੀ ਸਾਹਿਬ ਸਾਹਿਬ ਜੀ ਕਈ ਵਾਰੀ ਕਈ ਗੁਰੂ ਪਿਆਰੇ ਸੱਜਣੇ ਸਵਾਲ ਕਰਦੇ ਵੀ ਨਿਸ਼ਾਨ ਸਾਹਿਬ ਦੀ ਇੰਨੀ ਉਚਾਈ ਕਰਨਾ ਜ਼ਰੂਰੀ ਹੈ, 100 ਫੁੱਟ 150 ਫੁੱਟ
ਕਈ ਇਹ ਸਵਾਲ ਕਰਦੇ ਨੇ ਵੀ ਇੰਨੀ ਉਚਾਈ ਜ਼ਰੂਰੀ ਹੈ ਨਿਸ਼ਾਨ ਸਾਹਿਬ ਦੀ ਘਾਟੀ ਤੇ ਰੱਖ ਸਕਦੇ ਹਾਂ ਤੇ ਗੁਰੂ ਕੀ ਪਿਆਰੀ ਸਾਹਿਬ ਸਾਹਿਬ ਭਾਈ ਕਾਮ ਸਿੰਘ ਜਨਾਬਾ ਲਿਖਦੇ ਨੇ ਕਹਿਣ ਲੱਗੇ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਆਪ ਲੋਕ ਪਹਿਲਾਂ ਵੀ ਸਾਂਝ ਪਾਈਏ ਵੀ ਇਹ ਇੱਕ ਪਹਿਚਾਣ ਹੈ ਵੀ ਇਸ ਜਗ੍ਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਸ਼ਿੰਦਿਆਂ ਦਾ ਅਸਥਾਨ ਹੈ ਦੂਰੋਂ ਕੋਈ ਭੁੱਖਾ ਹੈ ਲੋੜਵੰਦ ਹੈ ਗਰੀਬ ਹੈ ਜਦੋਂ ਨਿਸ਼ਾਨ ਸਾਹਿਬ ਕੱਕਦਾ ਨਾ ਦੂਰੋਂ ਤੇ ਉਹਦੇ ਮਨ ਦੇ ਵਿੱਚ ਇਹ ਭਰੋਸਾ ਜਾਗ ਪੈਂਦਾ ਵੀ ਹੁਣ ਮੈਨੂੰ ਖਾਣ ਵਾਸਤੇ ਪ੍ਰਸ਼ਾਦਾ ਵੀ ਮਿਲੇਗਾ ਜਲ ਆਦਿਕ ਦੀ ਸੇਵਾ ਵੀ ਹੋ ਜਾਵੇਗੀ ਉਹ ਚਿੰਤਾ ਤੋਂ ਰਹਿਤ ਹੋ ਜਾਂਦਾ ਕਿਉਂ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸਾਨੂੰ ਸਿਧਾਂਤ ਕੀ ਇਹ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਇਹ ਸਿਧਾਂਤ ਨਾਲ ਸਾਨੂੰ ਬਖਸ਼ਿਸ਼ ਕੀਤੇ ਨੇ ਪਹਿਲੇ ਭਗਤ ਪਾਤਸ਼ਾਹ ਸੰਗਤ ਸਗੁਰੂ ਕੀ ਪਿਆਰੀ ਸਾਧ ਸੰਗਤ ਦੀ ਵਡਭਾਗੇ ਨੂੰ ਅੱਜ ਪਾਵਨ ਸਥਾਨ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਗੁਰਦੁਆਰਾ ਪਿੰਡ ਸ਼ਮਸਪੁਰ ਸਾਹਿਬ ਇਕੱਤਰ ਹੋ ਕਰਕੇ ਗੁਰੂ ਚਰਨਾਂ ਚ ਅਰਜੀਆਂ ਬੁਲਾਰੇ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਵਨ ਵਚਨ ਨੇ ਸੋ ਸਤ ਮੰਦਰ ਜਿਤ ਸਚ ਧਿਆਈਐ ਸੂਰਿਦਾਸ ਮੇਲਾ ਜਿਤ ਹਲ ਮੰਗਾਈਐ ਕਿ ਉਹ ਮੰਦਰ ਉਹ ਘਰ ਵੀ ਸੋਹਣਾ ਉਹ ਸਥਾਨ ਵੀ ਸੋਹਣਾ ਜਿੱਥੇ ਸੱਚ ਨੂੰ ਧਿਆਇਆ ਜਾਵੇ ਸੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਸੱਚ ਵਿਵਾਦ ਸੱਚ ਹੈ ਕੀ ਸੱਚ ਨਾਨਕ ਉਸੇ ਕੀ ਸੱਚ ਜੋ ਸਦੀ ਹੀ ਨਹੀਂ ਸੂਰਜ ਦਾ ਸੁਹੇਲਾ ਉਹ ਹਿਰਦਾ ਵੀ ਸੋਹਣਾ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਹੁੰਦਾ ਹੈ ਸਗੁਰੂ ਕੀ ਪਿਆਰੀ ਸਾਧ ਸੰਗਤ ਦੀ ਉਹ ਇਹ ਸੀ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਵਿਚਾਰ ਵੀ ਗੁਰਦੁਆਰਾ ਸਾਹਿਬ ਕੀ ਹੈ ਅਗਲੀ ਗੱਲ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਹੁਣ ਸਿੱਖਾਂ ਦੇ ਸੰਬੰਧ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਅਸੀਂ ਬੜੇ ਸੋਹਣੇ ਗੁਰੂ ਘਰ ਬਣਾਉਂਦੇ ਹਾਂ ਬਹੁਤ ਸੋਹਣੇ ਬਣੇ ਨੇ ਸੰਤ ਮਹਾਂਪੁਰਸ਼ ਆਪ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਹੁਣੀ ਵੀ ਹੁਣੇ ਹਾਜ਼ਰੀ ਭਰ ਕੇ ਗਏ ਨੇ ਤਰਨ ਤਾਰਨ ਸਾਹਿਬ ਵਾਲੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਅਪਾਰ ਹੀ ਕਿਰਪਾ ਬਿਰਮ ਪਾਵਨ ਮਹਾਂਪੁਰਸ਼ਾਂ ਦੇ ਚਰਨ ਆਪ ਜੀ ਦੇ ਨਗਰ ਵਿਖੇ ਪਏ ਕਿਉਂਕਿ ਛੋਟੇ ਹੁੰਦਿਆਂ ਤੋਂ ਸੱਚਖੰਡ ਮਸੀਹ ਬਾਬਾ ਵੀਰ ਸਿੰਘ ਜੀ ਕਾਰ ਸੇਵਾ ਵਾਲੇ ਸ਼ਾਹਬਾਦ ਵਾਲੇ ਸੋ ਉਹਨਾਂ ਦੇ ਰਾਹੀਂ ਮਹਾਂਪੁਰਸ਼ਾਂ ਦੇ ਜੇਕਾਂ ਦੇ ਦਰਸ਼ਨ ਹੋਏ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਪੰਥ ਦੀਆਂ ਦੋ ਇਹ ਸਿਰਮੋਰ ਸੰਸਥਾਵਾਂ ਨੇ ਇੱਕ ਕਾਰ ਸੇਵਾ ਵਾਲੇ ਮਹਾਂਪੁਰਸ਼ ਔਰ ਦੂਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੁਰੋਂ ਹੀ ਜਦੋਂ ਤੋਂ ਪੰਥ ਦੀ ਰਮਤਾ ਹੋਈ ਇਹਨਾਂ ਦੋਵਾਂ ਵੱਲੋਂ ਹੀ ਇਹ ਸੇਵਾ ਸੰਭਾਲੀ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਦੀ ਪਰ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਇਹ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਹੱਕ ਵਿੱਚ ਪਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਿਸੇ ਮਰਦ ਨੂੰ ਤਿਆਰ ਕਰ ਲੈਣਾ ਤੇ ਉਸ ਤੋਂ ਬਾਅਦ ਉਸ ਗੁਰੂ ਘਰ ਦਾ ਸੁਚੱਜਾ ਪ੍ਰਬੰਧ ਚਲਾਉਣਾ ਰੱਖ ਰਖਾਅ ਕਰਨਾ ਇਹ ਬੜੀ ਵੱਡੀ ਗੱਲ ਹੈ ਅੱਜ ਸਵਾਲ ਕਰੇ ਜਾਂਦੇ ਨੇ ਵੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ ਪਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਅੱਜ ਆਪ ਜੀ ਕਿੰਨਾ ਸਥਾਨਾਂ ਦੇ ਦਰਸ਼ਨ ਕਰਦੇ ਇਤਿਹਾਸਿਕ ਸਥਾਨ ਉੱਥੇ ਕਿੰਨਾ ਕਿੰਨਾ ਵੱਡਾ ਪ੍ਰਬੰਧ ਹੁੰਦਾ ਦਰਬਾਰ ਸਾਹਿਬ ਜਾਂਦੇ ਹੋ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਦਾ ਲੰਗਰ ਪਾਣੀ ਪ੍ਰਸ਼ਾਦਾ ਛਕਦੀਆਂ ਸੰਗਤਾਂ ਦੇ ਰਹਿਣ ਬਹਿਣ ਦਾ ਪ੍ਰਬੰਧ ਸਫਾਈ ਵਾਲੇ ਦਾ ਪ੍ਰਬੰਧ ਸਾਰਾ ਕੁਝ ਰੱਖਣਾ ਕਿੰਨਾ ਔਖਾ ਹੁੰਦਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪ ਗੁਰੂ ਘਰ ਦੇ ਵਿੱਚ ਵੇਖੋ ਕਈ ਵਾਰੀ ਐਸਾ ਹੁੰਦਾ ਵੀ ਸਵੇਰੇ ਗ੍ਰੰਥੀ ਸਿੰਕਰ ਨਹੀਂ ਪ੍ਰਕਾਸ਼ ਕਰਦਾ ਇੱਕ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਹੱਥ ਵਿੱਚ ਜੋਤ ਸਾਹਿਬ ਕੋਈ ਬੰਦਾ ਨਹੀਂ ਹੁੰਦਾ ਤੇ ਇਹ ਕਿਰਪਾ ਦੁਹਾਈ ਰੱਬ ਦੀ ਬਈ ਆਪ ਜੀ ਨੇ ਜਿੱਥੇ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਨਾ ਉੱਥੇ ਨਿਤਾ ਪ੍ਰਤੀ ਸਵੇਰੇ ਗੁਰੂ ਘਰ ਦੇ ਵਿੱਚ ਹਾਜ਼ਰ ਹੁੰਦਾ ਆਪ ਗੁਰੂ ਘਰ ਦੇ ਗ੍ਰੰਥੀ ਸਾਹਿਬ ਦੇ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਨਿਭਾਉਣੀ ਪ੍ਰਕਾਸ਼ ਦੀ ਵੀ ਉਹਦੇ ਨਾਲ ਵੀ ਰਾਤੀ ਵੀ ਭਾਈ ਸਾਹਿਬ ਕਰਨੀ ਲੈ ਕੇ ਜਾਣੇ ਵੀ ਰਾਤ ਦੇ ਸਮੇਂ ਵੀ ਗੁਰੂ ਚਰਨਾਂ ਚ ਹਾਜ਼ਰੀ ਭਰੋ ਕਿਉਂਕਿ ਸਤਿਗੁਰੂ ਸਾਹਿਬ ਦੇ ਸਾਨੂੰ ਬਚਨ ਨੇ ਅੰਦਰ ਗੁਰ ਅਰਾਧਨਾ ਦੇਵਾ ਦਾ ਗੁਰਨਾਉ ਨੇਤਰੀ ਸਤਿਗੁਰ ਵੇਖਣਾ ਸ਼ਰਾਵਣੀ ਸੁਣਨਾ ਗੁਰਨਾਉ ਮਹਾਰਾਜ ਜੀ ਕਹਿੰਦੇ ਨੇ ਸਿੱਖ ਦਾ ਜਿਹੜਾ ਜੀਵਨ ਹੈ ਨਾ ਜਿੱਥੇ ਸਿੱਖ ਨਿਤਾ ਪ੍ਰਤੀ ਸਵੇਰੇ ਉੱਠੇ ਗੁਰੂ ਆਪਣੇ ਘਰ ਦੇ ਵਿੱਚ ਨਾਮ ਜਪੇ ਬਾਣੀ ਪੜ੍ਹੇ ਅੰਤਰ ਗੁਰ ਅਰਾਧਨਾ ਆਪਣੇ ਘਰ ਦੇ ਵਿੱਚ ਜੇਵਾ ਜਾਗੁਰ ਨਾਉ ਨਾਮ ਜਪੇ ਘਰ ਵਿੱਚ ਬਹਿ ਕਰਕੇ ਤੇ ਅਗਲੀ ਗੱਲ ਸਤਿਗੁਰੂ ਜੀ ਕਰਨਗੇ ਨੇਤਰੀ ਸਤਿਗੁਰੂ ਵੇਖਣਾ
ਜਾ ਕਰਕੇ ਗੁਰੂ ਘਰ ਦੇ ਵਿੱਚ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਵੀ ਕਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰਵਣੀ ਸੁਣਨਾ ਗੁਰਨਾਓ ਤੇ ਕੰਨਾਂ ਦੇ ਨਾਲ ਜੋ ਮੁੱਖ ਵਾਕ ਸਾਹਿਬ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਉਹ ਵੀ ਸੁਣੇ, ਉਹਨੂੰ ਆਪਣੇ ਜੀਵਨ ਚ ਧਾਰਨ ਕਰੇ। ਸਤਿਗੁਰੂ ਸਿਰਕੀ ਰੱਤਿਆਂ ਦਰ ਘਰ ਪਾਈਆਂ ਖਾਓ, ਗੁਰੂ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਸਾਡੀ ਸਾਂਝ ਬਣਦੀ। ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ, ਸਮਾਂ ਸੀਮਤ ਹੈ, ਸੋ ਸਭ ਤੋਂ ਪਹਿਲਾਂ ਲੱਖ ਲੱਖ ਮੁਬਾਰਕਾਂ ਸਮੁੱਚੀ ਦੀ ਸਾਧ ਸੰਗਤ ਗੁਰਦੁਆਰਾ ਸਾਹਿਬ ਸ਼ਮਸਪੁਰ ਦੀ, ਫਿਰ ਪ੍ਰਬੰਧਕ ਸੱਜਣ ਜਿਹਨਾਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇੰਨਾ ਵੱਡਾ ਕਾਰਜ ਕੀਤਾ, ਇੰਨਾ ਵੱਡਾ ਉਪਰਾਲਾ ਕੀਤਾ ਹੈ, ਸਮੁੱਚੀ ਸਾਧ ਸੰਗਤ ਨੂੰ, ਸਮੁੱਚੇ ਪ੍ਰਬੰਧਕ ਸੱਜਣਾਂ ਨੂੰ, ਗੁਰੂ ਘਰ ਦੇ ਸੇਵਾਦਾਰਾਂ ਨੂੰ ਲੱਖ ਲੱਖ ਵਧਾਈਆਂ। ਜੋ ਗੁਰੂ ਸਾਹਿਬ ਦੀ ਪਾਲ ਕਿਰਪਾ ਸਦਕਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੀ ਸੋਹਣੇ ਸੁੰਦਰ ਅਤੇ ਪਾਵਨ ਸਥਾਨ ਸਾਰੇ ਗਏ। ਅਤੇ ਅਗਲੀ ਗੁਰੂ ਵੀ ਪਿਆਰੀ ਸਾਧ ਸੰਗਤ ਦੀ ਗੱਲ ਇਹ ਹੁੰਦੀ ਵੀ ਕੇਵਲ ਸਾਰਾ ਦੀ ਘਰ ਨਹੀਂ, ਅਸੀਂ ਇਹਨਾਂ ਗੁਰੂ ਘਰਾਂ ਦੀ ਸਾਰ ਸੰਭਾਲ ਰੱਖਣੀ। ਗੁਰੂ ਘਰਾਂ ਦੇ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਅਸਲ ਦੇ ਵਿੱਚ ਭਾਈ ਸਾਹਿਬ ਦੇ ਵਚਨ ਵੇਖਦੇ ਨੇ, ਕਹਿਣ ਲੱਗੇ ਸਤਿਗੁਰ ਸੰਗਤ ਚੜਸਾਲ ਹੈ ਕਿ ਸਤਿਗੁਰ ਸਿੱਖਾਂ, ਗੁਰੂ ਘਰ ਸਿੱਖਾਂ ਦਾ ਸਕੂਲ ਹੈ। ਗੁਰੂ ਘਰ ਜਿਹੜਾ ਨਾ ਗੁਰਦੁਆਰਾ ਸਾਹਿਬ ਇਹ ਕਿਹੜੀ ਇਮਾਰਤ ਨਹੀਂ ਗੀ, ਇਹ ਅਸਲ ਵਿੱਚ ਸਿੱਖਾਂ ਦਾ ਸਕੂਲ ਹੈ। ਇੱਥੋਂ ਆ ਕਰਕੇ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਧਾਰਨ ਕਰਨੀ ਹੈ। ਅਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹ ਕੰਮ ਨਾ ਬਣੇ ਵੀ ਕੇਵਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉਸਾਰ ਲਈ, ਅਤੇ ਅਸੀਂ ਆਪ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਸਿੱਖਿਆ ਧਾਰਨ ਨਹੀਂ ਕੀਤੀ। ਸੋ ਨਿੰਦਾ ਪ੍ਰਤੀ ਗੁਰੂ ਘਰ ਵਿੱਚ ਆਉਣਾ, ਅੰਮ੍ਰਿਤ ਵੇਲੇ ਵੀ ਸ਼ਾਮ ਨੂੰ ਵੀ ਦੋਵੇਂ ਸਮਾਂ ਗੁਰੂ ਘਰ ਵਿੱਚ ਹਾਜ਼ਰੀਆਂ ਭਰਦੇ, ਕਿਉਂਕਿ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇਮਾਰਤਾਂ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਬਣੀਆਂ ਨੇ, ਪਰ ਇਮਾਰਤਾਂ ਖਾਲੀਆਂ ਪਈਆਂ ਨੇ, ਇਹ ਕੰਮ ਨਾ ਹੋਵੇ। ਅਤੇ ਅਗਲੀ ਗੱਲ, ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਤੁਸੀਂ ਮਿਲਦੇ ਹੋ, ਕਿਤੇ ਨਾ ਕਿਤੇ ਕੁਝ ਐਸੀਆਂ ਘਟਨਾਵਾਂ ਆਮ ਸੁਭਾਅ ਦੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ। ਸੋ ਇਹ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵੀ ਨਿਰਾ ਗ੍ਰੰਥੀ ਸਿੱਖ ਦਾ ਹੀ ਫਰਕ ਹੈ ਵੀ ਗ੍ਰੰਥੀ ਸਿੱਖ ਨਹੀਂ। ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੀਤਾ ਭਰੋਸਾ ਰੱਖਦੇ ਹਾਂ ਤਾਂ ਸਾਡੇ ਸਾਰਿਆਂ ਦਾ ਗੁਰੂ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਨ, ਤੂੰ ਮੇਰਾ ਭਰਾਤਾ। ਜਦੋਂ ਅਸੀਂ ਕੰਮ ਕਹਿ ਦਿੱਤੀ ਗੁਰੂ, ਤੇ ਫਿਰ ਸਾਡਾ ਵੀ ਗੁਰੂ ਦੇ ਪ੍ਰਤੀਸ਼ਠਾ ਦੇ ਸਮਰਪਣਤਾ ਹੁੰਦਾ। ਸੋ ਇਹ ਤਾਂ ਹੀ ਹੈ ਜੇਕਰ ਅਸੀਂ ਆਪਣੇ ਗੁਰੂ ਘਰਾਂ ਤੇ ਆਪ ਪਹਿਰਾ ਲਵਾਂਗੇ, ਆਪ ਸੁਚੇਤ ਹੋਵਾਂਗੇ। ਇਹ ਨਹੀਂ ਵੀ ਭਾਈ ਸਾਹਿਬ ਨਿਕਲਦੇ ਨੇ, ਇਹ ਸਾਡੇ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਸ ਤੋਂ ਅਗਲਾ ਕੰਮ ਫਿਰ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਹੋਵੇ। ਅਸਲ 'ਚ ਮਾਇਨੇ ਨੇ ਗੁਰੂ ਘਰ ਦੇ, ਸਿੱਖੀ ਦਾ ਪ੍ਰਚਾਰਕ ਸਥਾਨ ਨੇ ਗੁਰਦੁਆਰਾ ਸਾਹਿਬ। ਅਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੇਵਾ ਦੇ ਵਿੱਚ ਤਤਪਰ ਹੈ। ਜਿੱਥੇ ਜਿੱਥੇ ਕੋਈ ਗੁਰਮੁਖ ਸੰਗਤਾਂ ਕਿਸੇ ਨਗਰ ਤੋਂ, ਪਿੰਡ ਖੇੜੇ ਤੋਂ, ਜਿਵੇਂ ਵੀ ਸੰਗਤਾਂ ਦਾ ਮਹੱਤਵ ਹੁੰਦਾ ਹੈ, ਵੀ ਜਿਵੇਂ ਬੱਚਿਆਂ ਦੀਆਂ ਛੁੱਟੀਆਂ ਹੋਈਆਂ, ਅਤੇ ਉਹਨਾਂ ਦਿਨਾਂ ਦੇ ਵਿੱਚ ਗੁਰਮਤ ਕਲਾਸਾਂ, ਗੁਰਮਤ ਸਿਖਲਾਈ ਦੇ ਕੈਂਪ, ਦਸਤਾਰ ਸਿਖਲਾਈ ਦੇ ਕੈਂਪ, ਇਹ ਸਾਰੀ ਜਿਹੜੀ ਸੇਵਾ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਨਿਭਾਈ ਜਾਂਦੀ ਹੈ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਥੇਦਾਰ ਸਰਦਾਰ ਹਰਭਜਨ ਸਿੰਘ ਜੀ ਮਸਾਣਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੇ ਹਲਕੇ ਦੇ ਮੈਂਬਰ ਨੇ, ਕੁਛ ਖੇਤਰ ਦੇ, ਅਤੇ ਉਹ ਹਰੇਕ ਸਮਾਂ ਤੱਕ ਪਰ ਨੇ, ਕਿਉਂਕਿ ਹੁਣ ਪਿੱਛੇ ਜੋ ਨਵੰਬਰ ਮਹੀਨੇ ਦੇ ਇਸ ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਸਮੁੱਚੇ ਹਰਿਆਣੇ ਦਾ ਜਿਹੜਾ ਜੋਨ ਹੈ ਪ੍ਰਬੰਧਕ ਦਾ, ਧਰਮ ਪ੍ਰਚਾਰ ਕਮੇਟੀ ਦਾ, ਉਹਦੇ ਇੰਚਾਰਜ ਥਾਪੇ ਗਏ ਨੇ। ਅਤੇ ਵੈਸੇ ਵੀ ਜੋ ਇਸ ਤੋਂ ਪਹਿਲਾਂ ਵੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਸਨ, ਜਿਵੇਂ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਕਿਤੇ ਵੀ ਪ੍ਰਚਾਰਕ ਵਾਸਤੇ ਲੋੜ ਹੈ, ਵੀ ਇੰਨੇ ਦਿਨ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੇਣੀ ਹੈ, ਪੰਜਾਬੀ ਸਿਖਾਉਣੀ ਹੈ, ਦਸਤਾਰਾਂ ਸਿਖਾਉਣੀਆਂ ਨੇ, ਅੰਮ੍ਰਿਤ ਸੰਚਾਰ ਹੋਣਾ ਹੈ, ਉਹ ਸਮੁੱਚਾ ਪ੍ਰਬੰਧ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਅਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪ੍ਰਬੰਧਕਾਂ ਤੁਸੀਂ ਕਿੰਨਾ ਗਿਆਨ ਵੀ ਹੈ। ਸੋ ਬੇਨਤੀ ਕਿ ਜਦੋਂ ਵੀ ਆਪ ਨੂੰ ਕੰਮ ਕਰੋਗੇ ਸੇਵਾ ਵਾਸਤੇ, ਅਸੀਂ ਆ ਜਾਵਾਂਗੇ ਗੁਰੂ ਘਰ ਦੇ ਵਿੱਚ, ਬੱਚਿਆਂ ਨੂੰ ਕਲਾਸਾਂ ਦੇਣੀ, ਖਿਲਾੜੀਆਂ ਸਿਖਾਉਣਾ, ਸੰਥਿਆ ਦੇਣੀ, ਜਾਂ ਹੋਰ ਜੋ ਗੁਰੂ ਘਰਾਂ ਦੇ ਵਿੱਚ ਗੁਰਪੁਰਬ ਸਭਾ ਦੀ ਸੇਵਾ ਹੈ, ਉਹਨਾਂ ਦੇ ਵਿੱਚ ਵੀ ਅਸੀਂ ਤਤਪਰ ਜਦੋਂ ਵੀ ਚੇਤੇ ਕਰੋਗੇ। ਜਥੇਦਾਰ ਹਰਭਜਨ ਸਿੰਘ ਜੀ ਮਸਾਣਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਦਵਿੰਦਰਪਾਲ ਸਿੰਘ ਜੀ ਢਿੱਲੋਂ, ਮੈਂਬਰ ਧਰਮ ਪ੍ਰਚਾਰ ਕਮੇਟੀ ਲਾੜਵੇ ਵਾਲੇ, ਵੀਰ ਸਕੱਤਰ ਸਰਦਾਰ ਪਰਮਜੀਤ ਸਿੰਘ ਜੀ ਦੁਨੀਆ ਮਾਜਰਾ, ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਵਧੇ ਦੇ ਸਰਦਾਰ ਅਮਰਿੰਦਰ ਸਿੰਘ ਜੀ ਤਨਤੌੜੀ, ਅਤੇ ਦਾਸ ਭਾਈ ਸੁਖਦਾਸ ਸਿੰਘ ਜੀ ਸੇਵਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਆਪ ਦੀ ਸੇਵਾ ਵਿੱਚ ਹਾਜ਼ਰ ਹਾਂ। ਜਦੋਂ ਵੀ ਆਪ ਸੰਗਤਾਂ ਚੇਤੇ ਕਰੋਗੀਆਂ,
उसे वक्त आपकी सेवा में पहुँचागे। सगुरु की प्यारी साध संगत जी समुचे ही मैंबर साहबाना वालों गुरद्वारा साहब पातशाह छेवीं के समुचे प्रबंध वालों प्रबंधक सजणा समुची साध संगत समी लख लख बधाई होवे। सतगुरु साहब कृपा करने से प्रकार असं गुरु घर के हाजरी में भरीए, गुरु घर जुड़े रहिए, गुरु घर की सेवा लगे रहिए। ताकि सतगुरु साहब कृपा कर साड़ियां आने वाली जिहड़ियां दसवां पीढ़ियां ने वह कूड़ा भाव के पंजाबी जोड़ा भाव के गुरसिखी कहदियां धारनियां बनिया रहन, कूड़ा भी रहे तो जोड़ा भी रहे, भाव के पंजाबी सिखी साढ़े घर के लिए रहे। सहेलिया बेनती प्रमाण करतियां बोलदिया उन्होंने बेहद प्रकार दिन बोलना दे रही आप सब आई भाई उन्होंने जागना सतगुरु कृपा कर आप सब संगत की हाजरी प्रवान कर आप सब दे लोग सुखीए लोग सुखिते नानक बरकर बाबे मिले। वाहेगुरु जी का खालसा वाहेगुरु जी की फतेह। इमारतां बन जांदियां ने उन्होंने किवें सांभ संभाल करनी है उत्ते पूरा चरणा पाया सो नगर की संगत धन्यवाद है ज्ञानी सुच्चा सिंह जी का। दास हुण बेनती करेगा ज्ञानी सुच्चा सिंह जी हेडग्रंथी साहब अगे कि साडे नगर के जो शिव मंदिर के पुजारी जी ने ते जो शिव मंदिर के नगर गेड़े के जिहड़े ने अपना आए ने प्रबंधक साहबान उन्हों का सत्कार कर भाई साहब ज्ञानी सुच्चा सिंह जी बेनती करांगा शिव मंदिर के पुजारी जी गुरु घर का सम्मान स्वरूपा लेंदे कृपालता कर छोटे वीर भाई साहब परमेश पाल सिंह जी बहुत धनता के योग ने कि छोटी उम्र के प्रबंध मिला है दास साहबान के हाथ जोड़ के अरदास करता है जोतड़ी करता है बेनती करता है। इस तरह ही शिव मंदिर की क्योंकि परमात्मा के घर सारे एक ने सात संगत इस संसार के उत्ते जिन्हें भी धर्म गुरुद्वारे मंदिर जो भी धार्मिक स्थान ने उन्होंने उत्ते जाके भी कोई कलश दिसदा है उत्ते कलश है कोई भी धार्मिक इमारत होवे किसी भी धर्म की होवे और सात संगत जी हर इंसान का मुढ़ला फर्ज है सारे ही धर्म ग्रंथा का सत्कार करना सारे ही धर्मां का सत्कार करना और सिख वास्ते ते गुरु नानक के घर तो क्रिस्टल क्लीयर है कि नानक नाम चढ़ती कला तेरे भाणे सरबत दा भला कि असी गुरु ग्रंथ साहिब का सत्कार ताही कर पावांगे जे असी दूजे धर्म ग्रंथां दा धर्मां दा सत्कार करांगे। अज मन तुहानू सब तो ज्यादा इस चीज़ की लोड़ है और सात संगत जी सारे संसार के आर्थिक पक्षों कोठियां कारा किसी चीज़ की कमी नहीं है कमी है कि सिर्फ एक शांति की मेल मिलाप की वो दास अपने वालों गुरद्वारा साहब की प्रबंधक कमेटी वालों समूह परम सत्कार योग संगत वालों जोतड़ी करता है अरदास करता है कि सारा ही संसार रंगी बसे सुखी बसे चढ़ती कला में रहे मेल मिलाप सारी मानवता से बनया रहे। सो करो कृपा जी बोले सो दास हम बेनती करेगा साढ़े अति सत्कारी गुरु घर के वजीर भाई साहब भाई हरजिंदर सिंह जी कुछ इस श्रोमणी गुरुद्वारा प्रबंधक कमेटी तो जिन्हें आए ने सहकार सारे कृपा श्रोमणी गुरुद्वारा प्रबंधक कमेटी श्री अमृतसर जो साड़ी पार्लियामेंट है उन्होंने सत्कार योग मैंबर साहबान सरदार हरभजन सिंह जी मसाणा साहब साढ़े अति सत्कार योग सरदार तेजिंदर पाल सिंह जी ढिल्लों साहब लाडवा वाले मैंबर साहबान धर्म प्रचार कमेटी श्री अमृतसर सत संगत जी सारे उन्हें रात भी टैलीफोन किया सवेरे भी कहते इंसान कितने भी होता उधर प्यार होना सत्कार होना चाहिए। आज दरबार साहब अमृतसर गए हुए हैं सारे उत्तर
मीटिंग है, इस करके उन्होंने उतो रात भी टैलीफोन किया सी, दस में सवेरे भी कैसे नगर सारे नगर में बधाई दे ते सारे भाई साहब भाई हरभजन सिंह जी मसाना साहब रविंद्रपाल सिंह जी सारे ही इतने पहुँचे। असं उन्होंने बेनती की है कि अज का समागम क्योंकि असी सारे ही जिन्होंने ये गुरु घर की क्योंकि सोशल काज का काम कोई भी कला नहीं कर सकता, सारे ही वीर का सत्कार है ये जिन्होंने सहयोग दिता है उन्होंने भी सत्कार करना है। असं मालिक ने सुख रखी तो अगर जो भी टाइम इन्होंने तालमेल करके रात का इतने समागम रखा खुला टाइम देंगे धर्म प्रचार लिए छे पाशे तो पूरे जथे हो गए। मालिक ने दस का इतने प्रबंध है करनी हो जो साहबान पाती है क्योंकि सरकार के प्रबंध होंगे ने सरकार के बजट होंगे ने असं तो सिर्फ प्रबंध करना चलने साहबान की है जो साहब तो हुक्म आएगा उस तरह होगा। सरदार परमजीत सिंह जी वीर सकत्र सब आपकी स्कूल क्षेत्र बोले सो निहाल। सरदार अमरिंदर सिंह जी मैनेजर गुरुद्वारा साहब पातशाही छेवीं सरदार मेजर सिंह जी कलर्क पातशाही छेवी अति सत्कारयोग यानी साडे परम सत्कारयोग अति सत्कारयोग यानी सिंचा सिंह जी हेड ग्रंथी साहब पातशाही छेवी क्षेत्र वाले इन्हें सारे ही क्यों साड़ी सिख पंथ की सिर मोड़ सस्ता है असं तो सीध लेंगे हाँ सानू सहयोग मिलता है सारी कमेटी का बहुत बहुत धन्यवाद। समूह दास गुरद्वारा साहब की प्रबंधक कमेटी नगर की समूह संगत आप सारे जी हाँ कहती है धन्यवाद करती है नतमस्तक होंगी है हूँ तक जिन्ना भी सत्कार किया जाए। सत संगत जी मैं संस्कृत का विद्यार्थी रहा वहाँ थोड़ी जी हो संभाली एयरकोर्स में चला गया उत्तर इंग्लिश तो बिना अंग्रेजी अंग्रेजी को बिना इंग्लिश इंग्लिश कुछ नहीं है फिर आके हरियाणा ने हरियाणा सरकार के नौकरी की 35 साल गुरु साहब सरदार बलबीर सिंह जी मेरे पिता जी स्कूल करते चौकीदार संतान ने दास में चौकीदारा दे दिता दास ने संस्कृत का विद्यार्थी रहा पंजाबी से बिल्कुल पढ़ नहीं है जो स्कूल पढ़ते उस तक पंजाबी का स्कूल के प्रबंध नहीं सी दास सो इस करके कि शब्द उच्चा भी ना बोलिया गया कि परम सत्कारयोग संगत की शान के साहबान की शान के तो कोई लफ्ज उच्चा नहीं ना बोलिया गया होताही हो गई हो गुरु बख्शन हार है संगत बख्शन योग है सो सारा जी आया धन्यवाद दास नतमस्तक सुचा सिंह जी सत्कार करेंगे असी नगर च थोड़े जे असी सात संगत जी साडा छोटा जिहा नगर है असी नेड़े नेड़े दे जिहड़े सारे दुख सुख दे सांझे भाईवाल हाँ असी गुरु घर के वजीरां नूं सद्दा दित्ता सी उत्थों वादे दित्ते सी कि सात संगत जी गुरु घर के वजीर साडे लई हमेशा अरदासां करदे ने साडी चढ़दी कला की अरदास करदे ने अज साडे दास साडे गुरद्वारा साहिब दी प्रबंधक कमेटी ते नगर की समूह संगत साहबां के हाथ जोड़ के अरदास करती है जोतड़ी करती है कि जिहड़े साडे गुरु घर के वजीर ने वो अध्यात्मिक पक्षों बहुत खुशहाल ने चढ़ती कला विच ने खेड़े विच ने साडी अरदास करते ने ते दास जोतड़ी करता है अरदास करता है कि ये गुरु घर के वजीर आर्थिक पक्षों भी खुशहाल रहन जो खुशहाल ने मुबारक ने नहीं तो असीं साहबां के हाथ जोड़ के बेनती करते हाँ सारे ही गुरु साहबाना के प्रबंधक वीरां नूं भी असीं निमाणा जां सद्दा दित्ता है निमाणी संगत ने उन्हां के भी मेरी निमरता से हाथ जोड़ के बेनती है कि गुरु घरां दे वजीरां दी आर्थिक पक्षों में खुशहाल रहन नहीं तो कितने सात संगत जी मैनूं माफ़ कर दिओ मैं माफ़ी संतां तों माफ़ी चाहुंदा है गल कहण लगा मैनूं इजाजत नहीं दिंदी मर्यादा पर कहना पैंदा है कोई भी मंदिर गुरद्वारा मस्जिद चर्च अज दे हालातां विच 1 करोड़+ दी बणदी है कितने सात संगत जी ये ना हो जाए कि असी बिल्डिंग खड़िया कर लिए ये गुरुद्वारे मंदिर कितने बिल्डिंग ना बन जाए तो प्रचार करने वाले साडे गुरु घर के वजीर वो इतने ता ही होणगे तो उन्होंने आर्थिक पक्षों खुशहालता मिलेगी वो शान नाल कह सकणगे असी गुरु घर के वजीर हाँ
ਉਹਨਾਂ ਦੇ ਧੀਆਂ ਪੁੱਤਰ ਬੜੀ ਸ਼ਾਨ ਨਾਲ ਕਹਿ ਸਕਣ ਸੋ ਐਂਡ ਸੋ ਮੇਰੇ ਪਿਤਾ ਜੀ ਉਸ ਪੁਰਾਣੇ ਨਗਰ ਦੇ ਗੁਰੂ ਘਰ ਦੇ ਵਜ਼ੀਰ ਨੇ ਸੋ ਸਾਰੇ ਗੁਰੂ ਘਰ ਦੇ ਵਜ਼ੀਰਾਂ ਨੂੰ ਜੀ ਆਇਆ ਦਾਸ ਬੇਨਤੀ ਕਰੇਗਾ ਗਿਆਨੀ ਜੀ ਅੱਗੇ ਜੀ ਕਿ ਉਹ ਗੁਰੂ ਘਰ ਦੇ ਵਜ਼ੀਰਾਂ ਨੂੰ ਸਿਰੋ ਭਾਵ ਦੇਣ ਦੀ ਗੁਰੂ ਘਰ ਦੇ ਸਮਾਨ ਦੀ ਵੀ ਕਿਰਪਾਲਤਾ ਕਰਨ ਸਾਡੇ ਅਤੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਬਕਾਲਾ ਵਾਲੇ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਮਹਿੰਦਰ ਜੀ ਸਰਦਾਰ ਹਰਦੀਪ ਸਿੰਘ ਜੀ ਬਕਾਲਾ ਵਾਲੇ ਦਾਸ ਬੇਨਤੀ ਕਰੇਗਾ ਕਿ ਉਹਨਾਂ ਦੀ ਥਾਂ ਤੇ ਕੋਈ ਵੀ ਨੁਮਾਇੰਦਾ ਉੱਥੋਂ ਨਗਰ ਤੋਂ ਆਇਆ ਆਪਣਾ ਸਿਰੋ ਭਾਵ ਸਮਾਨ ਲੈ ਸਕਦਾ ਹੈ ਗੁਰੂ ਘਰ ਦੇ ਵਜ਼ੀਰ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਦੀ ਥਾਂ ਤੇ ਨੁਮਾਇੰਦਾ ਕੋਈ ਵੀ ਨਗਰ ਦਾ ਸਿਰੋ ਭਾਵ ਲੈਣ ਦੀ ਕਿਰਪਾਲਤਾ ਕਰੇ ਗੁਰੂ ਘਰ ਦੇ ਵਜ਼ੀਰ ਬਕਾਲਾ ਵਾਲੇ ਅਤਿ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਛੇਲੋਂ ਵਾਲੇ ਅਤਿ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਦੁਆਬਾ ਫਰਮ ਵਾਲੇ ਅਤਿ ਆਦਿ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਰਦਾਰ ਮੇਹਰ ਸਿੰਘ ਜੀ ਦਖੇੜੀ ਵਾਲੇ ਅਤਿ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਬਲਾਈ ਵਾਲੇ ਸੱਚ ਦੀ ਗੁਰੂ ਜੀ ਕਿਰਪਾ ਕਰਨ
जिथे आप सब संसार दे विच सच दा प्रकाश करदे ने साडे हिरदे दे अंदर भी सच दा प्रकाश होवे। दास दा मेन टॉपिक ते माफ करना गुरबाणी कीर्तन दा। मैं ते आई कह सकदा हां कि दास अपने नगर दे विच भी बच्चियां नूं अते बच्चियां नूं कीर्तन दी क्लास कीर्तन दी सिखलाई देंदा ते इस नगर नूं भी। दास वल्लों मैं बेनती करांगा कि बच्चियां नूं कीर्तन दी सिखलाई देनी होवे ते दास हाजिर है। हफ्ते विच एक दिन या दो दिन कोई भी दिन मिल लेना दास कीर्तन की सिखलाई वास्ते हाजिर है। कोई मेरी भैन बच्चा कीर्तन सीखने का इच्छुक हो तो दास उनके लिए निष्काम सेवा नगर विच भी करता है तो इतने भी करने की तैयार है। बेनती है अपने प्रधान जी सभी जानते हैं गुरबंध सिंह जी तो उन्होंने नाल कॉन्टैक्ट कर लेना जी आपकी इच्छा हो बच्चों कीर्तन सिखाने। सो मैं फिर समूह नगर का संतान का अत धन्यवाद करना गुरु साहबा का कि जो समूह नगर ने सानू समूह गुरु घर के वजीर इन्ना माण बख्शिया। सो वाहिगुरु जी का खालसा वाहिगुरु जी की फतह। सहारनपुर वाले भाई साहब भाई वीर खान जी सहारनपुर वाले आए ने बोले अरदास करता है चौधरी करता है कि इन्होंने वीर इन्होंने घर परिवार रोजगार बरकत पैन योजी परम पिता परमात्मा अगे उस परवरदिगार अगे उस खुदा अगे साहब श्री गुरु नानक देव जी अगे साहबान अगे हाथ जोड़ के अरदास करता है चौधरी करता है बिनती करता है। सतसंगत जी हुण साडे अति सत्कारयोग जथेदार साहिबान उन्हां दा भी सत्कार बनता है जिस तरह साडे गुरु घर के वजीर ने उन्हां दी भी ड्यूटी है बड़ी औखी है। इस तरह ही साडे अति सत्कारयोग क्योंकि जिन्हें भी दास शायद जथेदार आए ने कोई भी शायद त्यागी नहीं होएगा घर परिवार देखते नहीं घर दीआं जिम्मेवारियां नहीं अज परिवार के विच संभालना बहुत औखा है बहुत ज़्यादा जिवें टेंशन है उसके बावजूद भी ये सेवावां करते ने धंधा दे योग ने साडे जथेदार साहिबान सात संगत जी। फिर उही गल होंदी मैं मर्यादा तो बाहर सतगुरां जिस हजूरी विच मर्यादा मैनूं आग्या नहीं दिंदी पर कहना बनता है कि सात संगत जी जथेदार साहिबान ये 100 किले वाले ते 2 किलों के विच तालमेल बनाते ने बड़ा औखा है। जदों जथेदार साहिबान 100 किले वाले घर जाते ने कोई वड्डी सेवा की लोड़ है तो अगर सवाल मिलता है 2 किलों को उधर जाके ग्राही लेके आना है। जो सात संगत जथेदार साहबान उत्थे पहुँचते हैं अगे पता लगता है कि उत्थे ते बच्चे की चीज के नोटिस आए हुए हैं। सात संगत जी ये गल मैं 100 किले वाले दसते 100 किले वाले 2 किले दसते बहुत लंबे दस एक इशारा कर दिता बहुत औखी है सेवा की बाणी अंतर ही सब कुछ इन्होंने जथेदार साहबान ने नगर की जो भी बहुत कौड़िया फिकिया गलों लैके दफन हो जाना है क्योंकि इस करके कहते बहुत कहते ने शमशान शिविर कुछ नहीं होंगे सात संगत जी बहुत कुछ है उत्थे ज्ञान दफन है उत्थे बहुत है जेडे अपनी ताकत यूज नहीं कर पाते वरतों नहीं करते जिस समाज पास वो भी दफन हो जाती है। सेवा करने वाले महापुरुष जथेदार साहबान गुरु घर के वजीर बहुत कुछ अपने अंदर ही जरा साझा नहीं कर सकते जे कि ढिड फोड़ दें तो सात संगत जी सेवा बंद हो सकती है। मैं माफ कर दौ साहबान गुरु बख्शन योग है संगत बख्शन योग है ये शब्द थोड़े किसी मारे लगे मैं निम्रता से मैं माफी चाहना वा क्योंकि ये बहुत औखी सेवा है निभा रहे ने। सो दास बेनती करेगा गुरु घर के जथेदार साहबान बखकाला वाले अति सत्कारयोग सरदार अजीत सिंह जी बोले सो निहाल। सरदार निशान सिंह जी मुखतला वाले गुरु घर जथेदार साहब छैलो वाले गुरु घर के अति सत्कारयोग जथेदार दुआबा फार्म वाले गुरु घर के अति सत्कारयोग जथेदार सरदार लखबीर सिंह जी दखेड़ी वाले गुरु घर के जथेदार सरदार स्वर्ण सिंह जी बलाई वाले गुरु घर के जथेदार सरदार गुरवंत सिंह जी भौर जगह वाले सत्कारयोग ने भाई साहब भाई गुरवंत सिंह सारे सत्कारयोग ने बोले सो
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਸੰਗੀਓ, ਆਪਣੀ ਅਤੇ ਦਸਵੇਂ ਦੀ ਲਗਾਓ ਹਾਜ਼ਰੀ, ਝੁਕਾਓ ਸ਼ੀਸ ਗੁਰਦੇਵ ਦੇ ਚਰਨਾਂ 'ਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਨਗਰ ਦੀ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਦੇ ਕੇ ਇਸ ਨਵੀਂ ਇਮਾਰਤ ਦੀ ਸਿਰਜਣਾ ਕਰਵਾਈ। ਸਾਰੇ ਨਗਰ ਦੀ ਸੰਗਤ ਦਾ ਧੰਨਵਾਦ, ਇਸੋ ਦੇ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ, ਮੇਰੇ ਵੀਰ ਜਰਨੈਲ ਸਿੰਘ ਜੀ, ਮੇਰੇ ਵੀਰ ਨਰਿੰਦਰ ਸਿੰਘ ਜੀ, ਇਹਨਾਂ ਦਾ ਵੀ ਧੰਨਵਾਦ, ਹੋਰ ਸਮੁੱਚੀ ਸੰਗਤ ਦਾ ਧੰਨਵਾਦ, ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਜੀ ਸਤਿਕਾਰਯੋਗ ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਗੁਰਬੰਧ ਸਿੰਘ ਜੀ, ਪੌੜ ਸਾਹਿਬਾਂ ਵਾਲੇ ਸਤਸੰਗ ਜੀ, ਅਤਿ ਸਤਿਕਾਰਯੋਗ ਜਥੇਦਾਰ ਨਾਨਕ ਸਾਹਿਬ ਕਲਾ ਵਾਲੇ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਜੀ, ਅਤਿ ਸਤਿਕਾਰਯੋਗ ਜਥੇਦਾਰ ਨਾਨਕ ਸਾਹਿਬ ਵਾਲੇ ਸਰਦਾਰ ਜੋਗਾ ਸਿੰਘ ਜੀ, ਜੋ ਉੱਥੇ ਸੇਵਾਵਾਂ ਨਿਭਾਉਂਦੇ ਨੇ। ਕਿਉਂਕਿ ਇਹ ਇਨਸਾਨ ਦਾ ਮੁੱਢਲਾ ਫਰਜ਼ ਹੈ, ਜਦੋਂ ਵੀ ਕੋਈ ਅਹੁਦਾ ਮਿਲਦਾ ਹੈ, ਕੋਈ ਤਾਕਤ ਮਿਲਦੀ ਹੈ, ਕੋਈ ਆਫਿਸ ਦੇ ਵਿੱਚ ਜ਼ਿੰਮੇਵਾਰੀ ਮਿਲਦੀ ਹੈ, ਅਤੇ ਉਸਨੂੰ ਜੋ ਵੀ ਜ਼ਿੰਮੇਵਾਰੀ ਉਹ ਧਰਮ ਦੇ ਪ੍ਰਕਾਸ਼ ਦੇ ਵਿੱਚੋਂ ਕਰਨੀ ਚਾਹੀਦੀ ਹੈ। ਰਾਜਨੀਤੀ ਵੀ ਹੈ, ਧਰਮ ਦੇ ਪ੍ਰਕਾਸ਼ ਦੇ ਵਿੱਚ ਵੇਖੋ ਤਾਂ ਕੋਈ ਦਿੱਕਤ ਨਹੀਂ ਹੈ। ਰਾਜਨੀਤੀ ਨੂੰ ਧਰਮ ਦੇ ਪ੍ਰਕਾਸ਼ ਧਰਮ ਵਿੱਚੋਂ ਨਹੀਂ ਦੇਖਣਾ ਚਾਹੀਦਾ। ਅਸੀਂ ਸਾਹਿਬਾਂ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜੋਗੜੀ ਕਰਦੇ ਹਾਂ ਕਿ ਬੱਚਾ ਜਾਤ ਬਰਾਦਰੀ ਹਰ ਚੀਜ਼ ਤੋਂ ਉੱਚੇ ਉੱਠ ਕੇ ਨਗਰ ਦੀ ਵੱਜ ਚੜ੍ਹ ਕੇ ਸੇਵਾਵਾਂ ਕਰਨ। ਭਾਈ ਸਾਹਿਬ ਮਨੋਜ ਕੁਮਾਰ ਜੀ ਸੁੱਖ ਦੇ ਵਾਸਤੇ ਅਸੀਂ ਸਮੂਹ ਦਾਸ ਆਪਣੇ ਵੱਲੋਂ, ਸੰਗਤਾਂ ਵੱਲੋਂ, ਮੈਂਬਰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ, ਜੋਗੜੀ ਕਰਦੇ ਹਾਂ ਵੀ ਸਾਰੇ ਨੂੰ ਰੱਖਣ ਦੀ ਗੱਲ ਕਿਹੜੇ ਵਿੱਚ ਰੱਖਣ। ਸਤਸੰਗ ਜੀ, ਉਸ ਤੋਂ ਬਾਅਦ ਸੰਗਤਾਂ ਨੂੰ ਸਭ ਨੂੰ ਪਤਾ ਹੈ, ਸਭ ਕੁਛ ਮੋਬਾਈਲ ਦੇ ਉੱਤੇ ਹੈ। ਪਹਿਲਾਂ ਨੋਟਬੰਦੀ, ਫਿਰ GST, ਫਿਰ ਕੋਰੋਨਾ ਨੇ ਬਾਜ਼ਾਰ ਦੇ ਵਿੱਚ ਲਿਕੁਇਡਿਟੀ ਖਤਮ ਕੀਤੀ ਹੋਈ ਹੈ, ਕੈਸ਼ ਫਲੋ ਬਿਲਕੁਲ ਨਹੀਂ ਹੈ। ਸਤਸੰਗ ਜੀ, ਪਿਛਲੇ 10 ਸਾਲਾਂ ਤੋਂ ਕੈਸ਼ ਫਲੋ ਨਹੀਂ ਹੈ, ਤਰਲਤਾ ਨਹੀਂ ਹੈ। ਉਸ ਦੇ ਬਾਵਜੂਦ ਸਾਡੇ ਅਤਿ ਸਤਿਕਾਰਯੋਗ ਨੇ, ਗੁਰੂ ਘਰ ਦੀਆਂ ਸੇਵਾਵਾਂ ਜਿਹਨਾਂ ਲਈਆਂ ਨੇ, ਇਸ ਕੈਸ਼ ਫਲੋ ਨਾ ਹੋਣ ਦੇ, ਲਿਕੁਇਡਿਟੀ ਨਾ ਹੋਣ ਦੇ ਬਾਵਜੂਦ, ਭਾਵੇਂ 2 ਲੱਖ ਦਾ ਸਮਾਨ ਲੈ ਆਈਏ, 4 ਲੱਖ ਦਾ ਲੈ ਆਈਏ, ਕਦੇ ਕਿਸੇ ਨੇ ਮਾਰਿਆ ਨਹੀਂ ਪੁੱਛੀ ਕਦੋਂ ਦੇਣੀ ਹੈ, ਕਿਵੇਂ ਦੇਣੀ ਹੈ। ਸਿਰਫ ਗੁਰੂ ਨਾਨਕ ਦੇ ਘਰ ਦਾ ਨਾਂ ਲੈ ਜਾਓ, ਕੋਈ ਵੀ ਬਾਜ਼ਾਰ ਦੇ ਵਿੱਚੋਂ, ਉਹਨਾਂ ਦੀਆਂ ਲੱਖ ਆਪਣੀਆਂ ਮਜ਼ਬੂਰੀਆਂ ਰਹੀਆਂ ਹੋਣਗੀਆਂ, ਪਰ ਉਹਨਾਂ ਗੁਰੂ ਘਰ ਲਈ ਕਦੇ ਵੀ ਖਿੜੇ ਮੱਥੇ ਹਰ ਸੇਵਾਵਾਂ ਪ੍ਰਵਾਨ ਕੀਤੀਆਂ ਨੇ। ਦਾਸ ਬੇਨਤੀ ਕਰੇਗਾ, ਭਾਈ ਸਾਹਿਬ ਭਾਈ ਦੀਪਕ ਜੀ, ਦੀਪਕ ਜੀ ਪਹੁੰਚੇ ਨੇ ਅਤੇ ਉਹ ਸਤਿਕਾਰ ਲੈਣ ਦੀ ਕਿਰਪਾਲਤਾ ਕਰਨ। ਭਾਈ ਸਾਹਿਬ ਭਾਈ ਦੀਪਕ ਜੀ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਯੋਗਿੰਦਰ ਨੈਣ ਜੀ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਭਾਈ ਸਾਹਿਬ ਭਾਈ ਅਨਿਲ ਜੀ, ਭਾਈ ਸਾਹਿਬ ਭਾਈ ਅਸ਼ੋਕ ਕੁਮਾਰ ਜੀ, ਭਾਈ ਸਾਹਿਬ ਅਸ਼ੋਕ ਕੁਮਾਰ ਜੀ ਜੋਤੀਸਰ ਵਾਲੇ, ਭਾਈ ਸਾਹਿਬ ਭਾਈ ਪਾਲਾ ਰਾਮ ਜੀ, ਸਤਸੰਗ ਜੀ ਹੁਣ ਸਾਡੇ ਉਹ ਵੀਰ ਨੇ। ਵੈਸੇ ਤਾਂ ਆਰਥਿਕਤਾ ਦੀ ਦੁਨੀਆਂ ਦੇ ਵਿੱਚ ਅਸੂਲ ਹੈ ਤਾਂ ਪਰਮਾਤਮਾ ਤੋਂ ਬਿਨਾਂ ਅਸੀਂ ਸਾਰੇ ਹੀ ਮਿਹਨਤ ਕਸ਼ਾਂ, ਸਭ ਦੀਆਂ ਝੋਲੀਆਂ ਅੱਡੀਆਂ ਨੇ, ਕਿਸੇ ਦੀ ਵੱਡੀ ਹੈ, ਕਿਸੇ ਦੀ ਛੋਟੀ ਹੈ, ਅਸੀਂ ਸਾਰੇ ਹੀ ਮਿਹਨਤ ਕਸ਼ ਹਾਂ, ਪਰ ਫਿਰ ਵੀ ਜਿੰਨਾ ਇੱਥੇ ਮਿਹਨਤ ਕੀਤੀ ਹੈ, ਅਸੂਲ ਹੈ ਆਰਥਿਕਤਾ ਦਾ ਦੁਨੀਆਂ ਦਾ ਵਿੱਚ, ਬਿਜ਼ਨਸ ਦੀ ਦੁਨੀਆਂ ਦਾ, ਕਿ ਜੋ ਇਨਸਾਨ ਮਿਹਨਤ ਕਰਦਾ ਹੈ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸਦਾ ਮਿਹਨਤਾਨਾ ਉਹਦੀ ਝੋਲੀ ਵਿੱਚ ਪੈ ਜਾਣਾ ਚਾਹੀਦਾ ਹੈ। ਪਰ ਸਤਸੰਗਤ ਜੀ,
ਇਹ ਸੰਗਤ ਦਾ ਤੇ ਸਹਿਬਾਂ ਦਾ ਸਾਡੇ ਨਗਰ ਤੇ ਕਿਰਪਾ ਸੀ ਕਿ ਇਹਨਾਂ ਮਿਹਨਤ ਕਰਨ ਵਾਲਿਆਂ ਨੂੰ ਕਦੇ ਵੀ ਸਾਡੇ ਤੋਂ ਮਾਇਆ ਨਹੀਂ ਪੁੱਛੀ। ਉਹਨਾਂ ਆਪਣੇ ਘਰ ਕਿਵੇਂ ਚਲਾਏ ਨੇ ਉਹ ਵੀ ਜਾਣਦੇ ਨੇ, ਕਦੇ ਨਹੀਂ ਪੁੱਛੀ ਕਦੋਂ ਦੇਣੀ ਹੈ ਕਿਵੇਂ ਦੇਣੀ ਹੈ। ਕਾਰ ਸੇਵਾ ਸੇਵਾ ਕਰਦੇ ਰਹੇ ਨੇ ਉਹਨਾਂ ਲਈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪਟਿਆਲਾ ਵਾਲੇ ਜਿਹੜੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਾਉਂਦੇ ਨੇ। ਸ਼ਾਇਦ ਮੈਂ ਸਾਹਿਬਾਂ ਦੀ ਜ਼ਰੂਰ ਕਿਤੇ ਗਲਤ ਨਾ ਹੋਵਾਂ, ਮੈਨੂੰ ਵੀ ਲੱਗਦਾ ਕਿ ਇਹਨਾਂ ਇਹ ਢੋਡਾ ਗੁਰੂ ਘਰ ਦੇ ਵਾਸਤੇ ਮੰਦਿਰ ਗੁਰਦੁਆਰੇ ਮਸੀਤ ਤੋਂ ਬਿਨਾਂ ਕਿਤੇ ਢੋਡਾ ਲਾਇਆ ਹੋਵੇਗਾ। ਆਪਣੇ ਘਰ ਵੀ ਸ਼ਾਇਦ ਇਹਨਾਂ ਇੱਟ ਵੀ ਨਹੀਂ ਲਾਈ ਕਿ ਗੁਰੂ ਘਰ ਦੀਆਂ ਇਹਨਾਂ ਸੇਵਾਵਾਂ ਕੀਤੀਆਂ ਨੇ। ਸੋ ਭਾਈ ਸਾਹਿਬ ਦਾਸ ਬੇਨਤੀ ਕਰੇਗਾ ਭਾਈ ਸਾਹਿਬ ਅਮਰੀਕ ਸਿੰਘ ਜੀ ਉਸ ਸਟੇਜ 'ਤੇ ਹੋਣ, ਦੋ ਸ਼ਬਦ ਆਪਣਾ ਫਤਿਹ ਬੁਲਾ ਪਾਉਣਾ ਹੈ। ਫਤਿਹ ਬੁਲਾ ਦਾਸ ਆਪਣੇ ਵੱਲੋਂ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵੱਲੋਂ ਸਮੂਹ ਨਗਰ ਦੀ ਸੰਗਤਾਂ ਨੂੰ ਬੇਨਤੀ ਕਰਦਾ ਹੈ, ਇੱਕ ਅਰਦਾਸ ਕਰਦਾ ਹੈ ਕਿ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤੋਂ ਇਹ ਸੇਵਾਵਾਂ ਕਰਦਿਆਂ, ਦਾਸ ਤੋਂ ਸਾਡੀ ਪ੍ਰਬੰਧਕ ਕਮੇਟੀ ਤੋਂ ਇਹ ਗੁਰੂ ਘਰ ਦੀ ਉਸਾਰੀ ਕਰਦਿਆਂ ਕਿਤੇ ਵੀ ਉਤਾਈ ਕਿਤੇ ਕਮੀ ਰਹਿੰਦੀ ਹੋਵੇ, ਕਿਤੇ ਇਹਨਾਂ ਤੋਂ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਦਾਸ ਤੋਂ ਸਾਡੀ ਪ੍ਰਬੰਧਕ ਕਮੇਟੀ ਤੋਂ ਨਗਰ ਦੀ ਕਿਸੇ ਸੰਗਤ ਨੂੰ ਉੱਚਾ ਨੀਵਾਂ ਕੌੜਾ ਫਿੱਕਾ ਬੋਲਿਆ ਗਿਆ ਹੋਵੇ, ਇਹ ਉਸਾਰੀ ਕਰਦਿਆਂ ਸਾਧ ਸੰਗਤ ਜੀ ਕਿਤੇ ਕਮੀ ਰਹਿ ਗਈ ਹੋਵੇ ਤੇ ਸਾਧ ਸੰਗਤ ਜੀ ਮੈਂ ਤੇ ਜਿਹੜੇ ਗੁਰੂ ਘਰ ਦੀ ਸਾਹਿਬ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਇਹਨਾਂ ਦੇ ਭਾਈ ਛੋਟੇ ਪ੍ਰਾਰਥਨਾ ਭਾਈ ਛੋਟੇ ਵੀਰ ਸਰਦਾਰ ਜਸਵਿੰਦਰ ਸਿੰਘ ਜੀ, ਹੋਰ ਮੈਂ ਸਰਦਾਰ ਹਰਦੀਪ ਸਿੰਘ ਜੀ, ਸਰਦਾਰ ਗੋਰਮੈਂਟ ਸਰਦਾਰ ਲਖਵਿੰਦਰ ਸਿੰਘ ਜੀ ਅਤੇ ਇਹਨਾਂ ਦੀ ਸਮੂਹ ਟੀਮ ਹੈ ਜੋ ਸੇਵਾਦਾਰ ਨੇ, ਉਹਨਾਂ ਸਾਰਿਆਂ ਵੱਲੋਂ ਮੈਂ ਨਗਰ ਦੀਆਂ ਸੰਗਤਾਂ ਵੱਲੋਂ ਕੋਲੋਂ ਮਾਫ਼ੀ ਚਾਹੁੰਦਾ ਵਾਂ ਇਸ ਵੀਰ ਤੋਂ, ਮੇਰੇ ਵੀਰ ਤੋਂ। ਅਸੀਂ ਜਾਣੇ ਅਣਜਾਣੇ 'ਚ ਭੁੱਲ ਹੋ ਗਈ ਹੋਵੇਗੀ ਸਾਧ ਸੰਗਤ ਜੀ, ਜੋ ਵੀ ਤੁਸੀਂ ਮਾਇਆ ਦਿੱਤੀ ਅਸੀਂ ਕੋਸ਼ਿਸ਼ ਕੀਤੀ ਉਸ ਚੰਗੇ ਢੰਗ ਨਾਲ ਲੱਗੇ, ਪਰ ਸਾਧ ਸੰਗਤ ਜੀ ਕਮੀਆਂ 'ਤੇ ਸਾਧ ਸੰਗਤ ਜੀ ਜਿਹਨਾਂ ਤਾਜ ਮਹਿਲ ਬਣਾਇਆ ਸੀ 200 ਦੇ ਇਤਿਹਾਸ ਦੱਸਦਾ ਸਾਹਿਬਾਂ ਦੇ, ਤੁਸੀਂ ਕਿਤੇ ਗਲਤ ਨਾ ਹੋਵਾਂ, ਉਹਨਾਂ ਦੇ 200 ਦੇ ਹੱਥ ਵੜ ਦਿੱਤੇ ਗਏ ਕਿ ਕਿਤੇ ਇਹੋ ਜਿਹੀ ਉਸਾਰੀ ਦੁਬਾਰਾ ਹੋਰ ਨਾ ਕਿਤੇ ਦੁਨੀਆਂ 'ਤੇ ਹੋ ਜਾਵੇ। ਸਾਧ ਸੰਗਤ ਜੀ ਸਾਡੇ ਵਰਗੇ ਨੁਕਸ ਦੇ ਉਹਦੇ 'ਚ ਵੀ ਇਕੱਠੇ ਆ ਜਾਂਦੇ ਨੇ ਕਿ ਸੋ ਨੁਕਸ ਹੋ ਸਕਦਾ ਹੈ ਕਦੇ ਵੀ, ਪਰ ਜੋ ਵੀ ਇਸ ਸੰਸਾਰ 'ਤੇ ਤੁਸੀਂ ਇਨਸਾਨ ਰਚਨਾ ਕਰੇਗਾ ਬਣਾਵੇਗਾ ਉਹ ਕਦੇ ਵੀ ਪੂਰਨ ਨਹੀਂ ਹੋ ਸਕਦੀ, ਕਦੇ ਵੀ ਸੰਪੂਰਨ ਨਹੀਂ ਹੋ ਸਕਦੀ। ਸੰਪੂਰਨਤਾ ਹੈ, ਪੂਰਨਤਾ ਹੈ ਤਾਂ ਫਿਰ ਪਰਮਪਿਤਾ ਪਰਮਾਤਮਾ ਕਰ ਸਕਦਾ ਹੈ ਜਾਂ ਪੈਗੰਬਰ ਕਰ ਸਕਦੇ ਨੇ, ਸਤਿਗੁਰ ਕਰ ਸਕਦੇ ਨੇ, ਸਹਿਜ ਸ੍ਰੀ ਗੁਰੂ ਨਾਨਕ ਦੇਵ ਜੀ ਕਰ ਸਕਦੇ ਨੇ। ਸੋ ਮੈਂ ਨਗਰ ਦੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ, ਜੋਤੜੀ ਕਰਦਾ ਹਾਂ ਦਾਸ ਵੱਲੋਂ ਇਹ ਜਿਹੜੀ ਟੀਮ ਨੇ ਸੇਵਾਵਾਂ ਕੀਤੀਆਂ ਇਹਨਾਂ ਵੱਲੋਂ ਕਿਤੇ ਵੀ ਕਿਤੇ ਕੁਤਾਹੀ ਵਰਤੀ ਗਈ ਹੋਵੇ, ਜਾਣੇ ਅਣਜਾਣੇ ਸਾਥੀਆਂ ਨੂੰ ਭੁੱਲਣਾ ਹੋ ਗਈ ਹੋਵੇ, ਅਸੀਂ ਮਾਫ਼ੀ ਚਾਹੁੰਦੇ ਹਾਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਪਟਿਆਲਾ ਵੱਲੋਂ। ਜਸਵਿੰਦਰ ਸਿੰਘ ਜੀ, ਅਮਰੀਕ ਸਿੰਘ ਜੀ ਤੁਸੀਂ ਅੱਜ ਮੰਨ ਛੋਟੇ ਵੀਰ ਗੋਰਮੈਂਟ ਸਰਦਾਰ ਹਰਦੀਪ ਸਿੰਘ ਜੀ ਪਟਿਆਲਾ ਵਾਲੇ, ਬੋਲੇ ਸੋ ਨਿਹਾਲ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪਟਿਆਲਾ ਵਾਲੇ, ਸਾਧ ਸੰਗਤ ਜੀ ਪਿੱਛੇ ਜਿਹੜੇ ਇੱਕ ਮਹੀਨੇ ਦੇ ਵਿੱਚ ਅਸੀਂ ਨਗਰ ਨੇੜੇ ਦੂਰੋਂ ਜਿਹੜੇ ਸੱਜਣ ਆਪਣੇ ਸੰਗਤਾਂ ਨੂੰ ਅਸੀਂ ਬੜੇ 11th ਆਰ ਦੇ ਜਿਹਨੂੰ ਕਹਿੰਦੇ ਰਾਤ ਦੀ ਕਾਲੀ ਸੱਦੇ ਦਿੱਤੇ ਨੇ, ਉਸਦਾ ਇੱਕ ਕਾਰਨ ਸੀ ਸਾਧ ਸੰਗਤ ਜੀ ਜਦੋਂ ਸਾਰੀ ਸਿਖਰ 'ਤੇ ਪਹੁੰਚੀ
ਵਿੱਚ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਿਆ ਅਤੇ ਤੁਹਾਨੂੰ ਪਤਾ ਹੈ ਜਿਹੜੇ ਫੋਰਮੈਨ ਨੇ ਜਿਹੜੇ ਸੇਵਾਵਾਂ ਕਰਾਉਂਦੇ ਨੇ ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਸਨ ਉਹਨਾਂ ਦੇ ਲਈ ਕੋਈ ਪਰਿਵਾਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਸੇ ਕੋਈ ਖੜਾ ਹੈ ਕੋਈ ਸੇਵਾ ਕਰ ਰਿਹਾ ਹੈ ਅਤੇ ਕਾਫ਼ੀ ਉਦੋਂ ਹੋ ਗਈ। ਉਸ ਤੋਂ ਬਾਅਦ ਜੋ ਗ੍ਰਿਲ ਦੀ ਸੇਵਾ ਸੀ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਲਈ ਸੀ ਅਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਤੁਹਾਨੂੰ ਪਤਾ ਹੈ ਕਿ ਜਿੱਥੇ ਕਿਸਾਨ ਅੰਦੋਲਨ ਤੱਕ 700+ ਸ਼ਹਾਦਤਾਂ ਹੋਈਆਂ ਸਨ ਉੱਥੇ 3 ਕਿੱਲੇ ਜ਼ਮੀਨ ਤਕਰੀਬਨ 24 ਕਰੋੜ ਖਰਚਾ ਲਾ ਕੇ 35-40 ਕਰੋੜ ਸੀ ਉੱਥੇ ਵੀ ਸੇਵਾਵਾਂ ਚੱਲ ਰਹੀਆਂ ਸਨ। ਔਰ ਗੜੀ ਸਾਹਿਬ ਬਹੁਤ ਵੱਡਾ ਲੈਂਡਰ ਪੈਰਰ ਸੀ ਅਤੇ ਬੋਰੀਆਂ ਦੀ ਵੀ ਸੇਵਾ ਸੀ। ਇਸ ਕਰਕੇ ਹਾਲੇ ਜੋ ਕੰਮ ਹੈ ਮੁਕੰਮਲ ਨਹੀਂ ਹੋਇਆ ਅਤੇ ਉਹਨਾਂ ਦਿਨ ਰਾਤ ਸੇਵਾਵਾਂ ਕੀਤੀਆਂ ਨੇ। ਸਾਧ ਸੰਗਤ ਜੀ ਇਸ ਨਗਰ ਨੇ ਤੇ ਇੱਥੇ ਦੁੱਖ ਸੁੱਖ ਵਾਸਤੇ ਇਹਨੂੰ ਵਰਤੋਂ ਕਰਨੀ ਹੈ। ਅਸੀਂ ਇੱਥੇ ਅਧਿਆਤਮਿਕ ਸ਼ਾਂਤੀ ਵਾਸਤੇ ਸਵੇਰੇ ਸ਼ਾਮ ਹਾਜ਼ਰੀਆਂ ਭਰਨੀਆਂ ਨੇ। ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਸ਼ਾਇਦ ਪਰਮਾਤਮਾ ਕਰੇ ਉਹ ਰੋਜ਼ ਆਉਣ, ਪਰ ਹੋ ਸਕਦਾ ਹੈ ਕਿ ਅੱਜ ਤੋਂ ਬਾਅਦ ਬਹੁਤ ਘੱਟ ਹਾਜ਼ਰੀਆਂ ਲਗਾਉਣ। ਸਾਧ ਸੰਗਤ ਜੀ ਇੰਨਾ ਅਸੀਂ ਉਦਮ ਨਹੀਂ ਕੀਤਾ। ਕਈ ਵਾਰੀ ਦਾਸ ਨੂੰ ਲੱਗਦਾ ਸੀ ਕਿ ਮੈਂ ਇਹਨਾਂ ਦੀ ਸ਼ਿਫਟਾਂ ਦੇ ਵਿੱਚ ਕੰਮ ਕੀਤਾ ਹੈ, 2 ਪ੍ਰਸ਼ਾਦਾ ਛਕਦੇ ਸੀ 2 ਚਾਹ ਪੀਂਦੇ ਸੀ ਅਤੇ ਮੈਨੂੰ ਬੜਾ ਡਰ ਲੱਗਦਾ ਸੀ ਸਾਹਿਬਾਂ ਦੇ ਹਜ਼ੂਰ ਵਿੱਚ। ਮੈਂ ਡਰ ਕੇ ਕਹਿੰਦਾ ਮੈਨੂੰ ਡਰ ਲੱਗਦਾ ਸੀ ਕਿਤੇ ਸੇਵਾ ਕਰਨ ਵਾਲੇ ਸਾਨੂੰ ਇਹ ਤਾਂ ਕਹਿ ਦੇਣ ਕਿ ਸਾਨੂੰ ਤੇ ਸ਼ਿਫਟਾਂ ਦੀ ਡਿਊਟੀ ਲਾ ਦਿੱਤੀ ਹੈ ਤੇਰੇ ਨਗਰ ਵਾਲੇ ਸੁਣਤੇ ਪੈ ਗਏ। ਮਾਫ਼ ਕਰ ਦਿਓ ਮੈਨੂੰ ਸਾਧ ਸੰਗਤ ਜੀ, ਨਗਰ ਸੰਗਤ ਦੀ ਰੇਪ ਨਾ ਕਰੋ, ਪਰ ਇਹਨਾਂ ਵੀਰਾਂ ਨੇ ਬਹੁਤ ਸੇਵਾ ਕੀਤੀ। ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਜੋ ਆ ਸਾਡੇ ਮੁਨੀਰ ਸਾਹਿਬ ਬੈਠੇ ਨੇ ਸਾਧ ਸੰਗਤ ਜੀ ਨਾਲ ਫਲੈਟ ਲੈ ਕੇ ਦਿਨ ਰਾਤ ਸਿਰਫ ਨਮਾਜ਼ ਵਾਸਤੇ ਟਾਈਮ ਕੱਢਦੇ ਸੀ, ਨਮਾਜ਼ ਪੜ੍ਹ ਕੇ ਫਿਰ ਸੇਵਾ 'ਤੇ ਲੱਗ ਜਾਂਦੇ ਸੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇਗਾ ਭਾਈ ਸਾਹਿਬ ਭਾਈ ਸਿਮੰਤ ਸ਼ਰਮਾ ਜੀ ਅਸੰਤ ਵਾਲੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਸਿਮੰਤ ਸ਼ਰਮਾ ਜੀ ਨੇ ਉਹਨਾਂ ਦਾ ਇਹ ਨਾਨਕਾ ਪਿੰਡ ਹੈ ਸਾਧ ਸੰਗਤ ਜੀ। ਔਰ ਨਾਨਕਾ ਪਿੰਡ ਇੱਕ ਐਸਾ ਪਿੰਡ ਹੁੰਦਾ ਹੈ ਜਿੱਥੇ ਇਨਸਾਨ ਨੂੰ ਆਪਣੀ ਮਾਤਾ ਦੇ ਨਾਲ ਕੋ ਜਾਣਿਆ ਜਾਂਦਾ ਹੈ। ਅਸੀਂ ਪੂਰੀ ਕਾਇਨਾਤ ਘੁੰਮ ਲਈਏ, ਪੂਰੇ ਬ੍ਰਹਿਮੰਡ ਚਲੇ ਜਾਈਏ, ਦਾਸ ਜਿੱਥੇ ਵੀ ਜਾਵੇਗਾ ਪਤਾ ਲੱਗੇਗਾ ਸਰਦਾਰ ਬਲਵੀਰ ਸਿੰਘ ਦਾ ਪੁੱਤਰ ਆਇਆ ਹੈ, ਪੁੱਤ ਆਇਆ ਹੈ, ਬੇਟਾ ਆਇਆ ਹੈ। ਪਰ ਜਦੋਂ ਮੈਂ ਨਾਨਕੇ ਪਿੰਡ ਜਾਣਾ ਹੋ ਤਾਂ ਮੇਰੀ ਮਾਂ ਦਾ ਨਾਂ ਲਿਆ ਜਾਂਦਾ ਹੈ। ਇਹ ਸਿਮੰਤ ਸ਼ਰਮਾ ਜੀ ਨੇ ਉਹਨਾਂ ਦਾ ਨਾਨਕਾ ਪਿੰਡ ਹੈ ਅਤੇ ਉਹਨਾਂ ਨੇ ਸਾਧ ਸੰਗਤ ਜੀ ਆਪਣੀ ਨਾਨੀ ਦੀ ਯਾਦ ਵਿੱਚ ਮਾਤਾ ਦਇਆਵੰਤੀ ਦੀ ਯਾਦ ਵਿੱਚ 50,000 ਸਤਿਕਾਰ ਦੀ ਮਾਤਾ ਦੀ ਸੇਵਾ ਕੀਤੀ। ਉਹਨਾਂ ਆਪਣੇ ਮਾਮਾ ਜੀ ਦੀ ਯਾਦ ਵਿੱਚ 31,000 ਸੇਵਾ ਸ਼ੁਰੂ ਕਰਕੇ ਮਾਨਤਾ ਕੀਤੀ। ਉਹਨਾਂ ਨੇ ਸਾਧ ਸੰਗਤ ਜੀ ਇਸ ਵੀਰ ਨੇ ਆਪਣੀ ਮਾਤਾ ਦੀ ਆਪਣੀ ਮਾਤਾ ਦੀ ਸਾਡੀ ਅਤਿ ਸਤਿਕਾਰਯੋਗ ਰਮੇਸ਼ ਜੀ ਤਾਂ ਹੀ ਨਾਂ ਲੈ ਰਿਹਾ ਕਿ ਉਹਨਾਂ ਦਾ ਹੁਣ ਤੱਕ ਮੈਂ ਜਿਨ੍ਹਾਂ ਦੇ ਸਤਿਕਾਰ ਕੀਤਾ ਕਿਸੇ ਦੀ ਮਾਤਾ ਦਾ ਨਾਂ ਨਹੀਂ ਲਿਆ, ਉਹਦਾ ਨਾਨਕਾ ਪਿੰਡ ਹੈ ਤਾਂ ਹੀ ਨਾਂ ਲਿਆ ਹੈ ਕਿ ਨਾਨਕਾ ਪਿੰਡ ਹੁੰਦਾ ਜਿੱਥੇ ਇਨਸਾਨ ਨੂੰ ਉਹਦੇ ਮਾਤਾ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਸਾਡੇ ਅਤਿ ਸਤਿਕਾਰਯੋਗ ਸਾਡੇ ਭੂਆ ਜੀ ਰਮੇਸ਼ ਰਾਣੀ ਜੀ ਉਹਨਾਂ ਦੇ ਪੁੱਤਰ ਨੇ ਉਹਨਾਂ ਉਹਦੀ ਯਾਦ ਵਿੱਚ ਸ਼ਮਸ਼ਾਨ ਘਾਟ ਲਈ ਸ਼ਿਵਪੁਰੀ ਲਈ ਅਥਾਹ ਸੇਵਾ ਭੇਜੀਆਂ। ਜਿੰਨੀ ਵਾਰੀ ਉੱਥੇ ਸੇਵਾ ਚੱਲੀ ਉਹਨਾਂ ਸੇਵਾ ਭੇਜਦੇ ਰਹੇ। ਕਹਿੰਦੇ ਨੇ ਕਿਸੇ ਇਨਸਾਨ ਦੀ ਯਾਦਾਂ ਨੂੰ ਤਾਜ਼ਾ ਰੱਖਣਾ ਹੋਵੇ ਨਾ ਕੁਛ ਕਰਨ ਦੀ ਜ਼ਰੂਰਤ ਨਹੀਂ, ਉਹਦੇ ਨਾਂ ਦੇ ਚੰਗੇ ਕਾਰਜ ਕਰੀ ਜਾਓ, ਉਹਨਾਂ ਦੀ ਯਾਦ ਬਣੀ ਰਹੇਗੀ। ਸਾਧ ਸੰਗਤ ਜੀ ਇਸ ਵੀਰ ਨੇ ਚੰਗੇ ਕੰਮ ਕੀਤੇ ਨੇ ਤਾਂ ਹੀ ਸਾਹਿਬਾਂ ਦੀ ਹਜ਼ੂਰੀ 'ਚ ਮੇਰੀ ਹਿੰਮਤ ਪਈ, ਉਹਨਾਂ ਦੇ ਪਰਿਵਾਰ ਦਾ ਜਿਹੜੇ ਸੰਸਾਰ ਤੋਂ ਸੱਚਖੰਡ ਉਹਨਾਂ ਦਾ ਨਾਂ ਲਿਆ ਕਿਉਂਕਿ ਉਹਨਾਂ ਦੇ ਨਾਂ ਦੇ ਚੰਗੇ ਕਾਰਜ ਕੀਤੇ ਨੇ ਉਹਨਾਂ ਦੇ ਪਰਿਵਾਰ। ਅੱਜ ਸਾਡੇ ਅਤਿ ਸਤਿਕਾਰਯੋਗ ਬਾਪੂ ਰਣਜੀਤ ਸਿੰਘ ਜੀ ਚੱਕਲਾ ਕੌਰ ਸਿੱਧਾਂ ਵਾਲੇ ਦਾਸ ਜਿਸ ਦਿਨ ਕੌਰ ਸਿੱਧਾ ਗਿਆ ਸੀ ਉਸ ਦਿਨ ਵੀ ਦਾਸ ਤੋਂ ਕੋਈ ਬੇਨਤੀ ਨਹੀਂ ਸੀ ਕੀਤੀ ਜਾਂਦੀ, ਪਰ ਅੱਜ ਵੀ ਦਾਸ ਹੁਣ ਤੱਕ ਬੜੇ ਪ੍ਰੋਗਰਾਮ ਸੀ। ਮੈਂ ਬੜਾ ਪੜ੍ਹ ਲਿਆ ਕਿ ਭਾਵੁਕਤਾ ਆ ਗਈ ਹੈ ਕਿਉਂਕਿ ਬਾਪੂ ਰਣਜੀਤ ਸਿੰਘ ਸੀ ਜਿੰਨਾ ਕਹਿੰਦੇ ਨੇ ਇਨਸਾਨ ਨਗਰ ਤੋਂ ਚਲਾ ਜਾਂਦਾ ਹੈ, ਇਨਸਾਨ ਪਿੰਡ ਤੋਂ ਚਲਾ ਜਾਂਦਾ ਪਰ ਪਿੰਡ ਵਿੱਚੋਂ ਕਦੇ ਨਹੀਂ ਜਾਂਦਾ, ਉਹ 7 ਸਮੁੰਦਰ ਪਾਰ ਕੀ ਬੇਸ਼ੱਕ ਸੰਗ ਤੇ ਰਹਿਣ ਲੱਗ ਜਾਵੇ। ਬਾਪੂ ਜੀ ਇਸ ਨਗਰ ਤੋਂ ਭੋਰ ਸਿੱਧਾ ਗਏ ਸਨ ਪਰ ਸਾਡੇ ਨਗਰ ਦੇ ਸੁੱਖ ਦੁੱਖ ਜਦੋਂ ਵੀ ਸਾਡੇ ਵਿੱਚ ਕਿਤੇ ਮਨ ਤਾਵ ਹੁੰਦਾ ਸੀ ਉਹਦੇ ਜਾਂਦੇ ਸਨ। ਅੱਜ ਬਾਪੂ ਜੀ ਇੱਥੇ ਹੁੰਦੇ ਜਨ ਸੱਚਖੰਡ ਦੇਖ ਰਹੇ ਉਹਨੇ ਬੜਾ ਦਾਸ ਨੂੰ ਉਤਸਾਹ ਮਿਲਣਾ ਸੀ। ਪਰਿਵਾਰ ਵਿੱਚੋਂ ਚਾਚਾ ਜੀ ਸਵਰਨ ਸਿੰਘ ਜੀ ਜੋ ਪਾਲਣ ਦੀ ਕਿਰਪਾਲਤਾ ਕਰਨ, ਉਸ ਤੋਂ ਬਾਅਦ ਸਰਦਾਰ ਸੁਖਵਿੰਦਰ ਸਿੰਘ ਜੀ ਚੱਠਾ ਖੇਤਰ ਵਾਲੇ, ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਖੇਤਰ ਵਾਲੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਪਰਿਵਾਰ ਵਿੱਚੋਂ ਕੋਈ ਵੀ ਆਇਆ ਤਾਂ ਆ ਕੇ ਸੇਵਾ ਲਈ, ਮਾਤਾ ਭੈਣ ਬੀਬੀ ਕੋਈ ਵੀ ਆਇਆ ਹੈ, ਸਰਦਾਰ ਬਲਵਿੰਦਰ ਸਿੰਘ ਜੀ, ਸਰਦਾਰ ਹੁਸ਼ਿਆਰ ਸਿੰਘ ਜੀ ਚੱਠਾ ਯੂਪੀ ਵਾਲੇ
ਉਹਨਾਂ ਦੇ ਪਰਿਵਾਰ ਤੋਂ ਪਹੁੰਚਿਆ ਹੈ ਜਾਂ ਸਰਦਾਰ ਬਿਸ਼ਾਨ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ ਕਰਤਾਰਪੁਰ ਵਾਲੇ, ਸਰਦਾਰ ਅਮਰੀਕ ਸਿੰਘ ਜੀ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ੍ਰੀ ਅਕਾਲ ਜੀ,
ਜਿਹੜੇ ਦਿਨ ਰਾਤ ਪਿਛਲੇ ਇੱਕ ਮਹੀਨੇ ਤੋਂ ਗੁਰੂ ਘਰ ਹੀ ਬੈਠੇ ਨੇ, ਸ਼ਾਇਦ ਹੀ ਘਰ ਜਦੋਂ ਪ੍ਰਸ਼ਾਦਾ ਪਾਣੀ ਕਿਤੇ ਉੱਤੇ ਵੇਲਾ ਵੇਲਾ ਉਹ ਪਹੁੰਚ बहुत कुछ देखा। आप कहने परमात्मा है कि परमात्मा हाजर नाजर है, श्रद्धा होनी चाहिए। सतसंग जी गुरु नानक के घर का दर ऐसा है, इतने मेरे वर्गा साबत सूरत हो के खाली झोली लैके चला जाता है, पर इस दर के किसी भी धर्म का हो, जात का हो, बरादरी का हो, उच्चा होवा हो, श्रद्धा न आए झोलियां भर जाए ने। सिर्फ मैनू एक वाकया बहुत हो, सिर्फ एक वाकया तो इजाजत मैं मांग रहा, क्योंकि उस वाकया का सारी संगत को पता है। सात संगत जी जिस दिन लैंटर कर रहा है, जुलाई 9 जुलाई सी, सौन हर सौन के दिन सर बारिश लगातार सारी रात बारिश होती है, मौसम खराब सी, लैंटर बहुत व्डा सी, तकरीबन लेट लैंटर शुरू होया। सात संगत जी जो 3-4 तक वक्त होया, तकरीबन अद तो असं चप्पे से लैंटर के टैलीफोन आ गया दास में कि भाई साहब भाई श्रीपाल के पिता जी अकाल चलाट कर गए हैं, उन्होंने मंजे तो थले उतार दिता गया है। आप भाई साहब भाई मनीक सिंह जी बैठे ने, मैं कभी छेती कर जा रहा हूँ, वहां फड़ ली भाई साहब भाई श्रीपाल जी की, कहना ये नहीं जाएगा। मैं क्यों उन्होंने पिता जी का कार चलाना कर गए ने, मैं मंजे तो थले उतार दिता है, कहता जिन्हें थले उतारिया उत्ते भी रख लेगा, यह चला गया लैंटर नहीं पवेगा। और मैं करता लैंटर बिल्कुल इजाजत नहीं दिता, क्योंकि जिन्ना भी बिजली का काम से इस वीर के जुम्मे से उस दिन जो फोरमैन से उन्होंने कोई दिक्कत हो गई थी, जो हैल्पर से सट लगी सी, कला ही वीर चला जाता लैंटर नहीं पैना, तू लख वारी जा इस बंद इस वीर में जान दिता जाएगा। सात संग जी मैं साहबा की हजूरी से डर के कहना, जे कि मेरे पिता जी का करते होते मैं साहबान भी गुरु नानक पातशाह को शायद लांबा दे दिता कि मैं थोड़े घर की सेवा करा रहा, मेरे पिता जी का यह हाल होया, मैं लांबा दे देना से मैं छड़ के चले जाना से, मैं साहबान सच कह रहा हूँ, मैं नहीं सी रुकना साढ़े को, जेड़े भी साढ़े सेवादार सर जी छड़ के चले जाते, पर भाई साहब भाई श्रीपाल जी ने क्या मैंने क्या सैकटरी साहब भगत साहब तुम जाओ, जो होना सी हो गया है, तुम चाचा एक जी को जाके बैठो, मैं लैंटर आके घर आया, ये वीर घर नहीं सी गया। साहब संगत जी मैं साहबा जी हजूरी कह रहा वाकया के बहुत ने, क्योंकि मैं वाकया मैं मर्यादा तो नहीं है, पर मैं इस करके कह रहा कि विश्वास रखो इस नाल गुरु नानक के दर के उत्ते कोई धर्म नहीं, बरादरी नहीं, जाति नहीं, पूछ नहीं, साढ़े वर्गे से झोलियां भर के सब सुरत होकर सकने झोली लैके चले जाते हैं, यहोजे मीरे से झोलियां भर के चले जाते हैं। साहब संगत जी जो मैं घर पहुंचया, इन्होंने देखा भी चाचा रसीक सिंह जी ने चुप के संगत मंजे से पा रही है, और सतसंग जी 3 महीने प्लस 3 महीने 7 दिन या 9 दिन उन्हें इस परिवार का साथ दिता। एक जकारा छड़ते हुए गुरु ग्रंथ के घर की वडाई है, मैं उस तो बाद जितने समागम होया सी मैं क्या असी सकने रह गए साबत सुरत होकर भाई साहब भाई श्रीपाल की चोड़ियां भर के लै गए। ये ऐसा दर है इतने श्रद्धा न आए, नीवा आवे, उच्चा आवे, किसी की जात बरादरी का आवे, श्रद्धा होनी चाहिए, झोलियां खरीदिया ने, और मेरे वर्गे बेशक इतने सारा दिन चौर करते रहन, कथा करते रहन, सकड़े रह जाते हैं, जो श्रद्धा भावना नहीं, ये मैं मर्यादा तो बाहर गल की। मैं सतगुरों तो साहब श्री गुरु नानक देव जी तो सतगुरों तो परम सत्कार गुरु संगतों तो यह लंब जब मैं बोलिया है, मैं मर्यादा नहीं है वैसे दसना यह गल, क्योंकि गुरु घर की मर्यादा नहीं, गुरु नानक देव का इजाजत नहीं दिता, पर मैं वाकया ना साझा किया कि असी श्रद्धा बनाइए गुरु साहब न, मेरे मेरे तो मैं जब तुलना होती हो गुरु बख्शन हार है, संगत बख्शन योग है। सत्संग
ਸਤਿਕਾਰ। ਜੋ ਕਿ ਦੂਰੋਂ ਨਾੜੀਓਂ ਪਹੁੰਚ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਅਸੀਂ ਸਭ ਦੇ ਧੰਨਵਾਦੀ ਹਾਂ। ਸੋ ਹੁਣ ਸਾਡੇ ਗੁਰੂ ਘਰ ਦੇ ਵਜ਼ੀਰ ਜਿਨ੍ਹਾਂ ਦਾ ਸਨਮਾਨ ਕੀਤਾ ਜਾਏਗਾ, ਉਸ ਤੋਂ ਉਪਰੰਤ ਸਾਡੇ ਜਥੇਦਾਰ ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ, ਸੋ ਉਹਨਾਂ ਤੋਂ ਬਾਅਦ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਜਿਨ੍ਹਾਂ ਨੇ ਕੋਈ ਦਿਨ ਨਹੀਂ ਵੇਖੀ, ਰਾਤ ਨਹੀਂ ਵੇਖੀ, ਉਹਦੇ ਰਾਤਾਂ 'ਚ ਵੀ 4 ਵਜੇ ਕੰਧਾਂ 'ਤੇ ਚੜ੍ਹ ਕੇ ਤਰਾਈ ਕਰ ਦਿੰਦੇ ਸਨ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਤਨ ਮਨ ਨਾਲ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਬੱਚਿਆਂ ਨੂੰ ਵੀ ਪ੍ਰੇਰ ਕੇ ਗੁਰੂ ਘਰ ਦੀ ਮਾਤ ਦੀ ਸੇਵਾ ਮੁਕੰਮਲ ਕੀਤੀ ਹੈ, ਇਹ ਵੀ ਧੰਨਵਾਦ ਦੇ ਯੋਗ ਹਨ। ਅਸੀਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਸਰਬੱਤ ਸਮਝ ਬਹੁਤ ਨਗਰ ਦੀ ਸੰਗਤ। ਸੋ ਹੁਣ ਇਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਸੋ ਬੀਬੀਆਂ ਅੱਗੇ ਬੇਨਤੀ ਹੈ ਕਿ ਉਹ ਵੀ ਪਹੁੰਚਣ ਜਿਨ੍ਹਾਂ ਨੇ ਸਨਮਾਨਿਤ ਕਰਨਾ ਹੈ, ਕੁਝ ਵੀਰ ਵੀ ਕਰਨਗੇ। ਸੋ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ 5 ਮਿੰਟ ਹੀ ਲੱਗਦੇ, ਉਸ ਤੋਂ ਉਪਰੰਤ ਅਰਦਾਸ ਹੋਏਗੀ। ਸੋ ਬੰਦੀ ਖੇਚਣਾ ਨਹੀਂ ਕਰਨੀ, ਅਰਦਾਸ ਹੋਏਗੀ ਉਪਰੰਤ ਦੇਖ ਲੈਗੀ ਸਮੇਂ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧਰਪਤ ਕਰਦਾ ਹੈ ਔਰ ਸਤ ਸੰਗਤ ਜੀ ਨਗਰ ਦਾ ਪਿਆਰ ਹੀ ਹੈ ਕਿ 35 ਸਾਲ ਸਰਦਾਰ ਬਲਵੀਰ ਸਿੰਘ ਨੂੰ ਤੁਸੀਂ ਸੇਵਾ ਬਖਸ਼ ਕੇ ਰੱਖੀ ਔਰ ਉਹਨਾਂ ਦੇ ਹੁੰਦਿਆਂ ਹੀ ਜੋ ਬਿਰਧ ਹੋ ਕੇ ਤੁਸੀਂ ਪਿਛਲੇ 18 ਸਾਲ ਤੋਂ 17 ਸਾਲ ਤੋਂ ਦਾਸ ਨੂੰ ਸੇਵਾ ਦਿੱਤੀ ਹੈ। ਸਤ ਸੰਗਤ ਜੀ ਇਸ ਤੇ ਅੱਜ ਕੱਲ੍ਹ ਦਾਸ ਕਈ ਵਾਰੀ ਕਿਆ ਕਰਦਾ ਹੈ, ਸਤ ਸੰਗਤ ਜੀ ਇੱਕ ਪੰਚ ਤੋਂ ਲੈ ਕੇ ਰਾਸ਼ਟਰਪਤੀ ਤੱਕ ਥੋੜ੍ਹਾ ਜਿਹਾ ਉਹ ਮਾੜੀ ਜੀ ਚ ਨਹੀਂ ਹੋਏ, 10 ਤਿਆਰ ਹੋ ਜਾਂਦੇ ਨੇ ਸੇਵਾ ਕਰਨ ਲਈ। ਪਰ ਸਤ ਸੰਗਤ ਜੀ ਜਿੱਥੇ ਮੰਦਰ ਗੁਰਦੁਆਰੇ ਮਸੀਤਾਂ ਦੇ ਜਿੱਥੇ ਫੰਡਾਂ ਦੀ ਕਮੀ ਹੋਵੇ, ਸਤ ਸੰਗਤ ਜੀ ਉੱਥੇ ਕਿਤਾਬਾਂ ਕੋਈ ਛੱਪਣ ਵਾਲਾ ਨਹੀਂ ਮਿਲਦਾ। ਸਤ ਸੰਗਤ ਜੀ ਤੁਸੀਂ ਇਸ ਨਿਮਾਣੇ ਪਰਿਵਾਰ ਨੂੰ ਮਾਣ ਬਖਸ਼ਿਆ। ਸਰਦਾਰ ਬਲਵੀਰ ਸਿੰਘ ਜੀ ਪਹਿਲਾਂ ਜਿੰਨੇ ਵੀ ਇੱਥੇ ਪ੍ਰਬੰਧਕਾਂ ਨੇ, ਸਾਡੇ ਬਜ਼ੁਰਗਾਂ ਨੇ, ਬਾਪੂ ਜੀ ਹੋਣਾ ਨੇ, ਬਾਪੂ ਗੁਰਮੁਖ ਸਿੰਘ ਜੀ, ਹਰਜਿੰਦਰ ਸਿੰਘ, ਸਾਰੇ ਜੋ ਕਿਸੇ ਨਾਂ ਲਵਾਂਗਾ ਤੇ ਰਹਿੰਦੇ ਹੋਏਗਾ, ਉਹਨਾਂ ਸਾਰਿਆਂ ਹੀ ਪ੍ਰਬੰਧਕਾਂ ਦਾ, ਜਥੇਦਾਰਾਂ ਦਾ, ਸਰਦਾਰ ਬਲਵੀਰ ਸਿੰਘ ਜੀ ਮੇਰੇ ਪਿਤਾ ਜੀ ਦਾ ਤੇ ਦਾਸ ਹੁਣ ਤੁਹਾਡੇ ਸਾਹਮਣੇ ਖੜਾ ਹੈ। ਇਹਨਾਂ ਨੂੰ ਸਾਡੇ ਤੋਂ ਕਿਤੇ ਵੀ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ, ਪਰਮ ਸਤਿਕਾਰਯੋਗ ਨਗਰ ਦੀ ਸੰਗਤਾਂ ਨੂੰ ਕਿਤੇ ਉਚਾਈ ਨਾ ਬੋਲਿਆ ਗਿਆ ਹੋਵੇ, ਉਹਦੇ ਲਈ ਦਾਸ ਤਹਿ ਦਿਲੋਂ ਮਾਫ਼ੀ ਚਾਹੁੰਦਾ ਹੈ। ਗੁਰ ਕਿਉਂਕਿ ਗੁਰੂ ਬਖਸ਼ਣ ਹਾਰ ਹੈ, ਸੰਗਤ ਬਖਸ਼ਣ ਯੋਗ ਹੈ। ਬੁਲਾਓ ਫਤਿਹ, ਪਾਓ ਫਤਿਹ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਭਜਨ ਸਿੰਘ ਜੀ ਕੌਰ ਸਿੱਧਾਂ ਵਾਲੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਮੇਰੇ ਅਤੀ ਛੋਟੇ ਵੀਰ ਭਾਈ ਸਾਹਿਬ ਭਾਈ ਅਸ਼ਵਨੀ ਕੁਮਾਰ ਗਰਗ ਜੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਇਹ ਗਰਗ ਪਰਿਵਾਰ ਵੱਲੋਂ ਨੁਮਾਇੰਦਗੀ ਕਰ ਰਹੇ ਨੇ, ਜਿਨ੍ਹਾਂ ਦਾ ਸਾਨੂੰ ਅਥਾਹ ਸਹਿਯੋਗ ਮਿਲਦਾ ਹੈ। ਪੂਰੇ ਪਰਿਵਾਰ ਦਾ ਵੱਡਾ ਪਰਿਵਾਰ ਹੈ, ਪਰ ਅਸੀਂ ਘਰ ਦੇ ਜਿਹੜੇ ਵੱਡੇ ਵੀਰ ਨੇ ਉਹਨਾਂ ਨੂੰ ਸਤਿਕਾਰ ਦੇ ਰਹੇ ਹਨ, ਭਾਈ ਸਾਹਿਬ ਭਾਈ ਅਸ਼ੋਕ ਕੁਮਾਰ ਜੀ ਗਰਗ। ਬੋਲੇ ਸੋ ਨਿਹਾਲ। ਧੰਨਵਾਦ ਜੀ ਆਇਆਂ ਨੂੰ। ਇਹ ਵੀ ਇਸ ਨਗਰ ਤੋਂ ਨੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਨਗਰ ਤੋਂ ਜਿੰਨੇ ਵੀ ਵੀਰ ਬਾਹਰ ਰਹਿ ਰਹੇ ਨੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ, ਤਾਂ ਕਿ ਉਹ ਜੜ੍ਹਾਂ ਨਾਲ, ਆਪਣੇ ਜੜ੍ਹਾਂ ਨਾਲ ਜੁੜੇ ਰਹਿਣ, ਗੁਰੂ ਘਰ ਨਾਲ ਜੁੜੇ ਰਹਿਣ। ਇਹਦੀਆਂ ਕੋਈ ਬੇਨਤੀਆਂ ਪ੍ਰਵਾਨ ਕਰਦੇ ਦਾਸ, ਤੁਹਾਨੂੰ ਪਹਿਲੇ ਦੱਸਿਆ ਪੰਜਾਬੀ ਦਾ ਵਿਦਿਆਰਥੀ ਨਹੀਂ ਰਿਹਾ, ਲੱਖਾਂ ਹੀ ਬੋਲਦਿਆਂ ਮਰਿਆਦਾ ਤੋਂ ਬਾਅਦ ਬੋਲਿਆ ਗਿਆ, ਉੱਚਾ ਜਿਵੇਂ ਬੋਲਿਆ ਗਿਆ ਹੋਵੇਗੀ। ਆਸ ਮਾਫ਼ੀ ਦੇ ਮਾਫ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਤਨ ਪਰਵਾਰ ਕਰੀਆਂ ਸ਼ਬਦ ਕਾਮਨੇ ਆਈਆਂ ਸ਼ਬਦੋਤਾ ਕਾਰੋ ਹਰੀ ਕੇ ਰਾਵਣ ਜਿਨੀ ਵਸ ਆਇਆ ਕਹਿ ਨਾਲ ਪਲੰਦ ਹੋਆ ਸਤਿਗੁਰ ਮੈਂ ਪਾਇਆ ਇਹ ਮਨ ਮੇਰੇ ਤੂੰ ਸਦਾ ਰੋ ਕਰਨਾ ਜੀ ਹਰਦਾਰ ਤੂੰ ਮਨ ਮੇਰੇ ਤੂੰ ਸਾਰੇ ਸਾਰਨਾ ਕੇ ਕਾਰ ਕਰੇ ਤੇਰਾ ਕਾਰ ਸਭ ਸਵਾਰ ਮਨ ਸਭ ਨਾਮ ਕਲਾ ਸਮਰਾਜ ਸਵਾਮੀ ਸੁਖਮਣਾ ਵਿੱਚ ਸਾਰੇ ਕਹਿ ਨਾਲ ਤੂੰ ਮਨ ਮੇਰੇ ਸਦਾ ਰੋ ਰੱਖਾਂ ਦੇ ਸਾਚੇ ਸਾਹਿਬਾਂ ਜਪਦੀ ਘਰ ਤੇਰਾ ਘਰ ਨਾਮ ਤੇਰਾ ਸਭ ਜਗ ਜਿੰਨੇ ਵਿੱਚ ਸੋ ਪਾਵੀ ਸਦਾ ਸਿਖਲਾ ਅਤੇ ਬਿਨਾ ਮਨ ਸਾਰੀ ਨਾਮ ਜਿਨ ਕੈ ਮਨ ਸਿਆ ਵਾਜੀ ਸਤ ਕਨੇ ਦੇ ਕਹੇ ਨਾਮ ਸੱਚੇ ਸਾਹਿਬ ਜਾ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਦਾਰੂ ਸੱਚ ਨਾਮ ਮੇਰਾ ਮੇਰਾ ਜੋ ਭੁੱਖਾ ਸਭ ਤੋਂ ਆਈਆਂ ਭਗਤ ਸਾਹ ਸੁਖ ਮਨਾਏ ਸਿਆ ਜੇ ਇੱਛਾ ਸਭ ਜਾਇਆ ਸਦਾ ਪ੍ਰਮਾਣ ਕੀ ਸਭ ਪ੍ਰਵਿੱਟ ਹੋ ਜਿਸਦੀਆਂ ਵਿਦਿਆਈਆਂ ਸਰਵ ਸੁ
ਨਾਮ ਸਾਰੀ ਨਾ ਭੁਲੀ ਨਾ ਭੁਲਾਈ
मत बख्शी सत अंतरियां देव दादे सिद्ध बख्शी ए लंकार जो कीता सवाल जो बेटे करता मिल सो भी वाह जो कमाते करो कराओगे सो भी वाह वाह हे पालक पुत्र जानी सिंध मात दी मुक्का सच्चे पातशाह दी आज दे पितृ चंगा चरदास बेनती है जी सपत सुख शिव जी पौधे संग करके गुरुदेव नवा जियो धन धन श्री गुरु नानक देव दे प्रकाश दिहाड़े खुशी अंदर ते नवी मात ते पौधे गुरुदेव नवा जियो आप जी का उतासरा रहते हुए आप जी बेसर की मानी आई तन सकते चित मताई दे श्री अखंड पाठ साहब रब कराया संत गुरु गरीब नवाज जी आप जी महान कथा कीर्तन किए गए हैं गुरु गरीब नवाज जी कथा कीर्तन विचार करते हैं अनेक प्रकार दियां गलतियां रह गई ਅੱਗੋਂ ਵਾਸਤੇ ਸਮਾਪਤੀ ਆਈ ਸਾਧ ਸੰਗਤ ਦੀ ਹਾਥੀ ਤੱਤੇ ਪ੍ਰਵਾਨ ਕਰਨੀ ਬਿਲਕੁਲ ਪਲਟਾਵਾ ਪ੍ਰਵਾਨ ਕਰਨੀਆਂ ਕਦਮ ਲੇਖੇ ਰਾਣੇ ਸੁਣ ਭਾਵਾਂ ਪੁਰ ਕਰਨੀਆਂ ਚੱਪਤੀ ਕਲਾ ਬਖਸ਼ਣੀ ਦੁੱਖਾਂ ਕਲੇਸਾਂ ਕਰਨਾ ਸਰਬੱਤ ਕਾਰਜ ਰਾਜ ਕਰਨੇ ਆਪਣੇ ਚਰਨਾਂ ਦੀ ਬੇਨ ਬਖਸ਼ਣੀ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਆਪਦੇ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦਾ ਥਾਲ ਹਾਜ਼ਰ ਹੈ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸ਼ਾਦ ਪਿਆਰੀ ਸਾਧ ਸੰਗ ਚੱਕੇ ਜੋ ਚੱਕੇ ਸਵਾਗਤ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਸਮਦੇ ਲੋਕ ਪ੍ਰਲੋਕ ਵਿੱਚ ਪੜਦੇ ਚੱਕ ਲੈ ਰਹੇ ਕਰੋ ਕਿਰਪਾ ਆਪ ਜੀ ਦੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੋ ਜੀ ਆਪ ਜੀ ਦੇ ਦਸਤੇ ਆਵੇ ਆਪ ਜੀ ਦੀਆਂ ਮਹਿਮਾ ਸਤਿਕਾਰ ਸਭ ਦਾ ਦੀ ਜਾਵੇ ਸ੍ਰੀ ਗੁਰੂ ਨਾਨਕ ਬੋਲ
ਬੋਲੇ ਸੋ ਨਿਹਾਲ ਦਾਸ ਬਾਬਾ ਜੀ ਦਾ ਉਹਨਾਂ ਦੇ ਨਾਲ ਆਏ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ ਜੀ ਆਇਆਂ ਕਹਿੰਦਾ ਹੈ ਦਾਸ ਹੁਣ ਬੇਨਤੀ ਕਰੇਗਾ ਸਾਡੇ ਮੁੰਡਾ ਕਿਹੜਾ ਵੀ ਸਾਡਾ ਨਗਰ ਦੇ ਨਾਲ ਜਿਹਦੇ ਨਾਲ ਸਾਡੇ ਦੁੱਖ ਸੁੱਖ ਦੀ ਬਹੁਤ ਜ਼ਿਆਦਾ ਨੇੜਤਾ ਹੈ ਸਾਂਝ ਹੈ ਉੱਥੋਂ ਮੰਦਿਰ ਦੇ ਸੇਵਾਦਾਰ ਆਏ ਨੇ ਜਥੇਦਾਰ ਕਹਿ ਲਓ ਸੇਵਾਦਾਰ ਕਹਿ ਲਓ ਇਹ ਬਹੁਤ ਰਿਟਾਇਰ ਹੋਣ ਤੋਂ ਬਾਅਦ ਲਗਾਤਾਰ ਸੇਵਾਵਾਂ ਕਰ ਰਹੇ ਨੇ ਸੋ ਦਾਸ ਇਹਨਾਂ ਦਾ ਵੀ ਇੱਥੇ ਨਗਰ 'ਚ ਪਹੁੰਚਣ ਦੇ ਸੰਗਤਾਂ ਵੱਲੋਂ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਰਦਾ ਹੈ ਧੰਨਵਾਦ ਕਰਦਾ ਹੈ ਨਤਮਸਤਕ ਹੁੰਦਾ ਹੈ ਜਾਂਦੀ ਹੈ ਨਾ।